नेक्स्ट टॉपिक जिहड़ा हैगा बेटा उच आप जो गल शुरू करिए तो टॉपिक हैगा कपैसीटेंस ऑफ कपैसीटर फिर दोबारा कैलकुलेट करो बट विद डाई इलैक्ट्रिक स्लैब। आप एक टॉपिक सब तो पहलो ये किया वा कि जे एयर कपैसीटर कपैसीटेंस की वैल्यू से सी नॉट करके कैलकुलेट कर ली जिदा फॉर्मूला एप्साइलम नॉट ए बाय डी आया सी। उस तो बाद आप एक वर्ड ऐड किए कि जे कपैसीटर की दोनों प्लेट्स के फुल गैप जिन्ना भी दो प्लेट्स के डी सैपरेशन मनी सी जे पूरे की पूरी प्लेट का गैप जिहड़ा वा किसी डाई इलैक्ट्रिक मीडियम ना फिल कर देव तो जिहड़ी कपैसीटर की कपैसीटेंस आ वह के टाइम बच जाती है। क्या इन्नी गल क्लीयर आ? Yes, sir. Yes, sir. Yes, sir. Yeah. उस तो बाद अगले वर्ड ए सिगे कि जेकर ऐसा जो कैपेसिटर दी प्लेट्स दे एक्रॉस असी फुल गैप जेड़ा वा ओ ना फिल करके उदा कुछ पोर्शन जेड़ा वा ओ किसे कंडक्टिंग स्लैब ना या किसे डाई इलेक्ट्रिक स्लैब ना फिल करा फिर उदी कैपेसिटेंस किन्नी उदे विच कल आपां जेड़ा कीता सी उच सिगा कि जे कैपेसिटर दी प्लेट्स दे इन बिटवीन आपां कंडक्टिंग स्लैब रख रहे हां तो बेटा उदी इलेक्ट उदा कैपेसिटेंस दा फॉर्मूला आपां ड्राइव कर लिया। उत अगला टॉपिक ए हैगा कि जे कैपेसिटर दी प्लेट्स दे इन बिटवीन असी इक डाई इलेक्ट्रिक स्लैब रखी फिगर वाइज कोई फर्क नहीं पड़ेगा फिगर वाइज अपन जो सेम टॉपिक बनना कि कैपेसिटर दी दो प्लेट्स के बना ठीक है नहीं एक प्लेट में जड़ी वो पॉजिटिव चार्ज आ एक प्लेट असी पॉजिटिव चार्ज कीती है और सेकंड प्लेट दे इनर फेस लेते मेरे को नेगेटिव चार्ज आ और इना प्लेट्स दे इन बिटवीन इना प्लेट्स दे इन बिटवीन असी एक डाई इलेक्ट्रिक स्लैब जेड़ी आ वो इंट्रोड्यूस कर दे के इनी गल समझ लगी पहलो? यस सर। यस सर। प्लेट दी सेपरेशन आपा डी डिफाइन कीती आ ਜਿਹੜੀ ਸਲੈਬ ਇੰਟਰੋਡਿਊਸ ਕੀਤੀ ਉਹਦੀ ਆਪਾਂ ਥਿਕਨੈਸ ਜਿਹੜੀ ਆ ਉਹ ਟੀ ਡਿਫਾਈਨ ਕੀਤੀ ਹੁਣ ਫਰਕ ਕਿੱਥੇ ਹੈਗਾ ਆ ਬਾਰ ਬਾਰ ਕਹੂੰਗਾ ਇੱਕ ਲਾਈਨ ਡੈਰੀਵੇਸ਼ਨ ਦੇ ਵਿੱਚ ਵੀ ਔਰ ਇੱਕ ਲਾਈਨ ਮੈਥਮੈਟਿਕਲ ਐਸੇ ਚ ਫਿਗਰ ਵਾਈਜ਼ ਵੀ ਉਹ ਫਰਕ ਇਹ ਹੈਗਾ ਕਿ ਜਦੋਂ ਡਾਈ ਇਲੈਕਟ੍ਰਿਕ ਸਲੈਬ ਰੱਖਦੇ ਨਾ ਤੇ ਡਾਈ ਇਲੈਕਟ੍ਰਿਕ ਇਨਸੂਲੇਟਿੰਗ ਮਟੀਰੀਅਲ ਇਨਸੂਲੇਟਿੰਗ ਮਟੀਰੀਅਲ ਤੇ ਕੰਡਕਟਿੰਗ ਮਟੀਰੀਅਲ ਚ ਇੱਕ ਫਰਕ ਆ ਕਿ ਕੰਡਕਟਰ ਦੇ ਵਿੱਚ ਇਲੈਕਟ੍ਰਿਕ ਫੀਲਡ ਦੇ ਕਰਕੇ ਚਾਰਜ ਫਲੋ ਕਰਦਾ ਔਰ ਫਲੋ ਕਰਕੇ ਇਹਨਾਂ ਐਂਡ ਦੇ ਉੱਤੇ ਮੇਰੇ ਕੋਲ ਜਿਹੜੇ ਚਾਰਜ ਬਿਲਡ ਅਪ ਹੁੰਦੇ ਆ ਪਰ ਜਦੋਂ ਅਸੀਂ ਇੱਕ ਡਾਈ ਇਲੈਕਟ੍ਰਿਕ ਸਲੈਬ ਲਿੱਤੀ ਹੋਵੇ ਤੇ ਉਹ ਤੇ ਡਾਈ ਇਲੈਕਟ੍ਰਿਕ ਮਟੀਰੀਅਲ ਦੇ ਅੰਦਰ ਚਾਰਜ ਫਲੋ ਨਹੀਂ ਕਰਦਾ ਇਹਦੇ ਅੰਦਰ ਚਾਰਜ ਜਿਹੜਾ ਵਾ ਉਹ ਪੋਲਰਾਈਜੇਸ਼ਨ ਦੇ ਕਰਕੇ ਬਿਲਡ ਅਪ ਹੁੰਦਾ ਮੈਂ ਅੱਗੇ ਵੀ ਵਰਡ ਐਕਸਪਲੇਨ ਕੀਤੇ ਸੀਗੇ ਫੇਰ ਇੱਕ ਵਾਰੀ ਰਿਪੀਟ ਕਰ ਰਿਹਾ ਕਿ ਜੇ ਕੋਈ ਇੱਕ ਮੇਰੇ ਕੋਲ ਨਾਨ ਪੋਲਰ ਮੋਲੀਕਿਊਲ ਆ ਨਾਨ ਪੋਲਰ ਕਿਹਾ ਸੀ ਜਿਹਦੇ ਵਿੱਚ ਉਹਦੇ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਜਿਹੜੇ ਨੇ ਉਹ ਇੱਕ ਦੂਜੇ ਨਾਲ ਕੋਇਨਸਾਈਡ ਕੀਤੇ ਪਏ ਤੇ ਜੇ ਮੈਂ ਇਸ ਮੋਲੀਕਿਊਲ ਨੂੰ ਇਲੈਕਟ੍ਰਿਕ ਫੀਲਡ 'ਚ ਰੱਖਾਂ ਤੇ ਜਦੋਂ ਇਲੈਕਟ੍ਰਿਕ ਫੀਲਡ 'ਚ ਰੱਖਾਂਗਾ ਇਲੈਕਟ੍ਰਿਕ ਫੀਲਡ ਨੇ ਇਹਦੇ ਅੰਦਰ ਐਸ ਐਚ ਜਿਹੜੇ ਨੈਗੇਟਿਵ ਤੇ ਪੋਜ਼ਿਟਿਵ ਚਾਰਜ ਆ ਉਹ ਸੈਪਰੇਟ ਤੇ ਕਰਨੇ ਆ ਪਰ ਉਹ ਚਾਰਜ ਦਾ ਫਲੋ ਨਹੀਂ ਆਇਆ ਇਹਨੇ ਆਪਣੀ ਅਟਰੈਕਟਿਵ ਪ੍ਰੋਪਰਟੀਜ਼ ਦੇ ਕਰਕੇ ਉਹਨਾਂ ਚਾਰਜਸ ਨੂੰ ਸੈਪਰੇਟ ਆਊਟ ਕੀਤਾ ਜਿਹਦੇ ਕਰਕੇ ਅਸੀਂ ਕਹਿੰਦੇ ਜੀ ਇਹਦੇ ਅੰਦਰ ਐਸ ਐਚ ਜਿਹੜਾ ਮੋਲੀਕਿਊਲ ਸੀਗਾ ਜਿਹੜਾ ਨਾਨ ਪੋਲਰ ਹੋ ਕੇ ਵੀ ਪੋਲਰਾਈਜ਼ ਹੋ ਗਿਆ ਠੀਕ ਹੈ ਇਸ ਪੋਲਰਾਈਜੇਸ਼ਨ ਦੇ ਕਰਕੇ ਤੁਹਾਡੇ ਐਕਸਟਰਨਲ ਫੀਲਡ ਅਪਲਾਈ ਕਰਨ ਕਰਕੇ ਇਹਦੇ ਅੰਦਰ ਇੰਟਰਨਲ ਫੀਲਡ ਬਿਲਡਅਪ ਹੋਇਆ ਇਹਦਾ ਕੰਡਕਟਰ 'ਚ ਵੀ ਹੋਇਆ ਸੀ ਕੰਡਕਟਿੰਗ ਸਲੈਬ 'ਚ ਵੀ ਹੋਇਆ ਪਰ ਇੱਕ ਫਰਕ ਆ ਇਹਦੇ ਅੰਦਰ ਐਸ ਸੱਚ ਜਿਹੜਾ ਇਲੈਕਟ੍ਰਿਕ ਫੀਲਡ ਬਿਲਡਅਪ ਹੋਇਆ ਹਨਾ ਉਹਦੀ ਸਟਰੈਂਥ ਕਿਸੇ ਵੀ ਮੂਵਮੈਂਟ ਤੇ ਐਕਸਟਰਨਲ ਫੀਲਡ ਦੇ ਬਰਾਬਰ ਨਹੀਂ ਪਹੁੰਚਣੀ ਹਮੇਸ਼ਾ ਇੰਟਰਨਲ ਇਲੈਕਟ੍ਰਿਕ ਫੀਲਡ ਪੋਲਰਾਈਜੇਸ਼ਨ ਕਰਕੇ ਜਿਹੜਾ ਆਇਆ ਵਾ ਉਹਦੀ ਸਟਰੈਂਥ ਐਕਸਟਰਨਲ ਫੀਲਡ ਨਾਲੋਂ ਘੱਟ ਰਹਿਣੀ ਮਤਲਬ ਆਹ ਪਲੇਟ ਦੇ ਉੱਤੇ ਆਹ ਸਾਈਡ ਦੇ ਉੱਤੇ ਨੈਗੇਟਿਵ ਚਾਰਜ ਔਰ ਇਹਦੀ ਇਸ ਸਾਈਡ ਦੇ ਉੱਤੇ ਪੋਜ਼ਿਟਿਵ ਚਾਰਜ ਇਹ ਤਾਂ ਬਿਲਡਅਪ ਹੋਏਗਾ ਕੰਡਕਟਿੰਗ ਚ ਵੀ ਏਦਾਂ ਹੀ ਹੋਇਆ ਪਰ ਫਰਕ ਆ ਕੰਡਕਟਿੰਗ ਚ ਚਾਰਜ ਫਲੋ ਕਰਕੇ ਆਉਂਦਾ ਰਿਹਾ ਔਰ ਉਦੋਂ ਤੱਕ ਫਲੋ ਮੇਨਟੇਨ ਰਿਹਾ ਜਦੋਂ ਤੱਕ ਅੰਦਰਲਾ ਇਲੈਕਟ੍ਰਿਕ ਫੀਲਡ ਓਨਾ ਹੀ ਸਟਰੋਂਗ ਨਹੀਂ ਹੋ ਗਿਆ ਜਿੰਨਾ ਤੁਹਾਡਾ ਐਕਸਟਰਨਲ ਅਪਲਾਈ ਸੀ ਠੀਕ ਹੈ ਪਰ ਇਹਦੇ ਅੰਦਰ ਇਹ ਹੋਵੇਗਾ ਕਿ ਜਿਹੜਾ ਇੰਟਰਨਲ ਇਲੈਕਟ੍ਰਿਕ ਫੀਲਡ ਇਹਦੇ ਅੰਦਰ ਬਣਦਾ ਪਿਆ
ਜਿਹਨੂੰ ਈਪੀ ਲਿਖਦੇ ਪਏ ਇਹਦੀ ਸਟਰੈਂਥ ਪੋਲਰਾਈਜੇਸ਼ਨ ਕਰਕੇ ਬਿਲਡ ਅਪ ਹੋਈ ਆ ਔਰ ਇਹ ਕਦੀ ਵੀ ਤੁਹਾਡੇ ਕੋਲ ਪੋਲਰਾਈਜੇਸ਼ਨ ਦਾ ਇਲੈਕਟ੍ਰਿਕ ਫੀਲਡ ਐਕਸਟਰਨਲ ਫੀਲਡ ਦੇ ਬਰਾਬਰ ਨਹੀਂ ਹੋਏਗਾ ਜਿਹਦਾ ਮਤਲਬ ਇਹ ਹੋਇਆ ਇਹਦੇ ਅੰਦਰ ਦੇ ਪਾਸੇ E0 ਚੋਂ ਈਪੀ ਮਾਈਨਸ ਕਰਕੇ ਜਿਹੜਾ ਮੇਰੇ ਕੋਲ ਨੈਟ ਫੀਲਡ ਬਚੇਗਾ स्लैब तो बाहर वाले हिस्से ਇਸ ਥਾਂ ਤੇ ਐਕਸਟਰਨਲ ਫੀਲਡ ਜਿਹੜਾ ਵਾ ਉਹ E0 ਐਗਜ਼ਿਸਟ ਕਰੂਗਾ ਅੰਦਰ ਦੇ ਪਾਸੇ ਜਿਹੜਾ ਸੀਗਾ ਸਲੈਬ ਦੇ ਅੰਦਰ E0 ਵਿੱਚੋਂ EP ਮਾਈਨਸ ਹੋ ਕੇ ਜਿਹੜਾ ਨੈਟ E ਦੇ ਬਰਾਬਰ ਇਲੈਕਟ੍ਰਿਕ ਫੀਲਡ ਬਚਿਆ ਕੰਡਕਟਰ ਦੇ ਵਿੱਚ ਇਹ E0 ਹੋ ਗਿਆ ਸੀ ਇਹਦੇ ਵਿੱਚ E ਦੇ ਬਰਾਬਰ ਕੁਝ ਨੈਟ ਫੀਲਡ ਅੰਦਰ ਬਚਣਾ ਵਾ ਕਿ ਆ ਲਾਈਨ ਸਮਝ ਆਈ ਯੈਸ ਸਰ ਯੈਸ ਸਰ ਯੈਸ ਸਰ ਯੈਸ ਸਰ ਯੈਸ ਸਰ ਡਾਊਟ ਆ ਤੇ ਜ਼ਰੂਰ ਬੋਲ ਦੋ ਮੈਂ ਅੰਦਰ ਹੈਡਿੰਗ ਲਿਖਣਾ ਟੌਪਿਕ ਦਾ ਜੇ ਕੋਈ ਕਿਸੇ ਚੀਜ਼ ਨੂੰ ਆ ਚੀਜ਼ ਨਹੀਂ ਕਿਸੇ ਨੂੰ ਸਮਝ ਲੱਗੀ ਤਾਂ ਜ਼ਰੂਰ ਦੱਸੋ ਬੇਟਾ ਹਾਂਜੀ ਪੁੱਤ ਬੱਚੇ ਕਲੀਅਰ ਹੈ ਨਹੀਂ ਗੱਲ ਜੋ ਇਹਦੇ ਅੰਦਰ ਆਪਾਂ ਥਿਊਰੀ ਬਣਾਉਣੇ ਵੀ ਕਿ ਉਹ ਗੱਲ ਸਮਝ ਲੱਗੀ ਯੈਸ ਸਰ ਯੈਸ ਯੈਸ ਸਰ ਨੈਕਸਟ ਚਲੀਏ ਹੁਣ ਆਪਾਂ ਕੱਲ ਆਪਾਂ ਗੱਲ ਕੀਤੀ ਸੀ ਕਿ ਜਦੋਂ ਆਪਾਂ ਟੌਪਿਕ ਸ਼ੁਰੂ ਕਰਦੇ ਨਾ ਸਟਾਰਟਿੰਗ ਚ ਅਸੀਂ ਕੀ ਦੇ ਦਿੰਦੇ ਨੇ ਏਅਰ ਕੈਪੈਸਿਟਰ ਦੀ ਕੈਪੈਸਿਟੀ ਵੀ ਨੋ ਦੈਟ ਕੈਪੈਸਿਟੈਂਸ ਆਫ ਏਅਰ ਕੈਪੈਸਿਟਰ ਇਜ਼ ਸੀ ਨਾਟ ਇਕੁਅਲ ਟੂ ਐਪਸਾਈਲਨ ਨਾਟ ਏ ਬਾਈ ਬੀ ਕਲੀਅਰ ਹੈ ਜੀ ਫਾਰਮੂਲਾ ਯੈਸ ਸਰ ਚਲੋ ਹੁਣ ਅਗਲੀ ਲਾਈਨ ਇੰਪੋਰਟੈਂਟ ਹੈ ਸਮਝਣ ਵਾਲੀ ਪਿਛਲੇ ਟੌਪਿਕ ਚ ਵੀ ਕਿਹਾ ਸੀ ਇਹ ਫਰਸਟ ਲਾਈਨ ਸਹੀ ਲਿਖੀਗੀ ਤੇ ਆਰਟੀਕਲ ਬਣ ਹੁਣ ਮਤਲਬ ਇਸ ਥਾਂ ਤੇ ਜਿਹੜਾ ਇਲੈਕਟ੍ਰਿਕ ਫੀਲਡ ਹੈ ਇੱਕ ਇਹਨੇ ਪੋਟੈਂਸ਼ੀਅਲ ਡਿਫਰੈਂਸ ਬਣਾਣਾ ਤੇ ਗੱਲ ਕੀ ਸੀਗਾ ਕਿ ਵੀ ਆ ਥਾਂ ਤੇ ਇਲੈਕਟ੍ਰਿਕ ਫੀਲਡ ਹੈ ਨਹੀਂ ਸੀ ਇਸ ਕਰਕੇ ਇੱਥੇ ਪੋਟੈਂਸ਼ੀਅਲ ਡਿਫਰੈਂਸ ਕੋਈ ਨਹੀਂ ਸੀ ਤੇ ਅਸੀਂ V ਦਾ ਫਾਰਮੂਲਾ ਲਿਖਿਆ ਸੀ E ਨਾਟ ਇਨਟੂ D ਮਾਈਨਸ E ਕਿਆ ਆ ਚੀਜ਼ ਕਲੀਅਰ ਹੈ ਕਿਤਾ ਲਿਖੀ ਸੀ ਕੱਲ ਆਪਾਂ ਯੈਸ ਸਰ ਯੈਸ ਸਰ ਹੁਣ ਇਹ ਇਹ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੈਗਾ ਨਾ ਇਹ ਪੋਟੈਂਸ਼ੀਅਲ ਡਿਫਰੈਂਸ ਆ ਸ਼ੇਡਿਡ ਵਾਲੇ ਪੋਰਸ਼ਨ ਦੇ ਵਿੱਚ ਆ ਜਿਹਦੀ ਗੱਲ ਹੁਣ ਵੀ ਆਏਗੀ ਪਰ ਇਹਦੇ ਅੰਦਰ ਇਲੈਕਟ੍ਰਿਕ ਫੀਲਡ ਜ਼ੀਰੋ ਸੀ ਪਰ ਹੁਣ ਹੈਗਾ ਵਾ ਹੁਣ E ਦੇ ਬਰਾਬਰ ਇਲੈਕਟ੍ਰਿਕ ਫੀਲਡ ਹੈਗਾ T ਥਿਕਨੈਸ ਤੇ ਪੋਟੈਂਸ਼ੀਅਲ ਦਾ ਮੈਂ ਕਿਹਾ ਸੀ ਜਨਰਲ ਫਾਰਮੂਲਾ ਪ੍ਰੋਡਕਟ ਆਫ ਇਲੈਕਟ੍ਰਿਕ ਫੀਲਡ ਇਨਟੂ ਥਿਕਨੈਸ ਆ ਇਹਦਾ ਮਤਲਬ ਪਲੱਸ ਕਰਕੇ ਕਿਉਂਕਿ ਪੋਟੈਂਸ਼ੀਅਲ ਸਕੇਲਰ ਕੁਆਂਟੀਟੀ ਆ ਪੋਟੈਂਸ਼ੀਅਲ ਡਿਫਰੈਂਸ ਸਕੇਲਰ ਕੁਆਂਟੀਟੀ ਆ ਇਸ ਲਈ ਜਿਹੜਾ ਇਲੈਕਟ੍ਰਿਕ ਫੀਲਡ ਆ ਸ਼ੇਡਿਡ ਪੋਰਸ਼ਨ ਚ ਇਹਦਾ ਪੋਟੈਂਸ਼ੀਅਲ ਡਿਫਰੈਂਸ ਪਲੱਸ ਜਿਹੜਾ ਇਲੈਕਟ੍ਰਿਕ ਫੀਲਡ ਆ ਪਲੇਟ ਦੇ ਅੰਦਰ ਆ ਸਲੈਬ ਦੇ ਅੰਦਰ ਇਹਦਾ ਪੋਟੈਂਸ਼ੀਅਲ ਡਿਫਰੈਂਸ ਇਹ ਦੋਨੋਂ ਸਿੰਪਲ ਐਡ ਹੋ ਕੇ ਟੋਟਲ ਪੋਟੈਂਸ਼ੀਅਲ ਡਿਫਰੈਂਸ ਅਡਰ ਕੈਪੈਸਿਟਰ ਦੀ ਪਲੇਟਸ ਦੇ ਇਨ ਬਿਟਵੀਨ ਆਇਆ ਮਤਲਬ ਪਲੱਸ E ਇਨਟੂ T ਆ ਟਰਮ ਕਿਉਂ ਲਿਖੀ ਸਮਝ ਆਇਆ ਯੈਸ ਸਰ ਇੱਥੇ ਰਿਸਪੌਂਡ ਕਰਕੇ ਚੱਲੋ ਸਰ ਇੱਕ ਵਾਰ ਫਿਰ ਦੱਸ ਦੋ ਆਪਾਂ ਇਹ ਕਹਿ ਰਹੇ ਹਾਂ ਕਿ ਸਾਡੇ ਕੋਲ ਦੋ ਤਰ੍ਹਾਂ ਦੇ ਹੁਣ ਇਲੈਕਟ੍ਰਿਕ ਫੀਲਡ ਆ ਕੱਲ ਇੱਕੋ ਤਰ੍ਹਾਂ ਦਾ ਇਲੈਕਟ੍ਰਿਕ ਫੀਲਡ ਸੀਗਾ ਸਿਰਫ E0 ਔਰ E0 ਜਿਹੜੇ ਹਿੱਸੇ 'ਚ ਸੀਗਾ ਉਹ ਆ ਸ਼ੇਡਿਡ ਪੋਰਸ਼ਨ ਸੀ ਜਿਹਦੀ ਵੈਲਿਊ D ਮਾਈਨਸ T ਸੀਗੀ ਪਰ ਹੁਣ ਜਿਹੜਾ ਇਲੈਕਟ੍ਰਿਕ ਫੀਲਡ ਆ ਦੋ ਤਰ੍ਹਾਂ ਦੇ ਪੋਟੈਂਸ਼ੀਅਲ ਦੋ ਤਰ੍ਹਾਂ ਦੇ ਇਲੈਕਟ੍ਰਿਕ ਫੀਲਡ ਆ ਇੱਕ ਇਲੈਕਟ੍ਰਿਕ ਫੀਲਡ ਆ ਥਾਂ ਤੇ ਆ ਠੀਕ ਹੈ ਜਿਹੜਾ E0 ਆ ਇੱਕ ਇਲੈਕਟ੍ਰਿਕ ਫੀਲਡ ਇਹਦੇ ਅੰਦਰ ਆ ਜਿਹੜਾ E0 ਮਾਈਨਸ EP ਕਰਕੇ ਬਾਕੀ ਬਚਿਆ ਤੇ ਜੇ ਦੋ ਤਰ੍ਹਾਂ ਦੇ ਇਲੈਕਟ੍ਰਿਕ ਫੀਲਡ ਆ ਤਾਂ ਅਸੀਂ ਕਹਿੰਦੇ ਜੀ ਪੋਟੈਂਸ਼ੀਅਲ ਡਿਫਰੈਂਸ ਵੀ ਦੋ ਥਾਂ ਤੋਂ ਜਨਰੇਟ ਹੋਏ ਆ ਇੱਕ D ਮਾਈਨਸ T ਗੈਪ ਦੇ ਵਿੱਚੋਂ ਇੱਕ T ਗੈਪ ਦੇ ਵਿੱਚੋਂ ਗੱਲ ਸਮਝ ਆਈ ਯੈਸ ਸਰ ਯੈਸ ਸਰ ਚਲੋ ਬਸ ਜੇ ਆ ਲਾਈਨ ਕਲੀਅਰ ਹੈ ਬੇਟਾ ਤੇ ਆਪਣਾ ਆਰਟੀਕਲ ਅੱਗੇ ਬਣ ਜਾ ਇਹਨੂੰ ਇੱਥੋਂ ਸ਼ੁਰੂ ਕਰ ਰਿਹਾ ਵੀ ਨੋ ਦੈਟ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਪਲੇਟਸ ਆਫ ਕੈਪੈਸਿਟਰ potential difference between plates of capacitor is given by V equal to E0
naught into d minus t plus e into t. I'm equal to total potential difference. कल वाले topic से any term नहीं है जिसी आ term है जिसी आ term additional आ गए. उन एक काम करेंगे दो तरह के electricity e naught एक e दोनों नो same type का बना अनुवास्ते अपन dielectric constant k की definition बताएं. We know that dielectric constant k एनो सी कुछ आ form च पढ़िया हुआ है f naught by fm यानी force in air to force in medium जेना force नो q naught e लिख दवा ठीक है ऊपर air medium है इसलिए naught लिख लिया नीचे medium है एनो सी का e लिख देता क्या आ गल समझ लगी yes sir. yes sir दोनों e की वैल्यू बन गई e नॉट इनटू d माइनस t प्लस e नॉट बाय k इनटू t ठीक है जी e नॉट कॉमन कटो ते e नॉट की थाते वैल्यू पता है नाउ v की वैल्यू लिख दो e नॉट कॉमन आ गया टर्म आ गई d माइनस t प्लस t बाय k ते e नॉट की वैल्यू कल दसी हुई है सिग्मा बाय एप्सिलॉन नॉट लिख सकते हैं therefore जे इधर था दे value लिखिए e में इस figure के अंदर ही दिखा रहे हैं equal e naught minus e t या मुझे इधर e naught की value नाल पार दो ते therefore अपने को b का formula इधर था दे आगे sigma by epsilon naught e naught की था दे बाकी का मेरे को ये दे लिख दो d minus e plus t by k ਇਨਾ ਜੋ ਸਿਗਮਾ ਨੂੰ ਸੀ ਚਾਰਜ ਬਾਈ ਏਰੀਆ ਲਿਖਦੇ ਆ v ਦਾ ਫਾਰਮੂਲਾ q ਬਾਈ a ਐਪਸਾਈਲਨ ਨੋਟ d c t / k ਇਹ ਮੇਰੇ ਕੋਲ ਪੋਟੈਂਸ਼ੀਅਲ ਡਿਫਰੈਂਸ ਦੀ ਟੋਟਲ ਵੈਲਿਊ ਬਣ ਗਈ ਜਿਹੜੀ ਕੱਲ ਵਾਲੇ ਟੌਪਿਕ ਨਾਲੋਂ ਇੱਕ ਤਰ੍ਹਾਂ ਤੇ ਡਿਫਰ ਕਰਦੀ ਕਿ ਇੱਕ ਐਕਸਟਰਾ ਟਰਮ t / k ਨਾਲ ਚੱਲਦੀ ਹੋਈ ਇਨਾ ਸਮੇਂ ਲੱਗਿਆ ਜੀ ਯੈਸ ਸਰ ਯੈਸ ਸਰ ਯੈਸ ਸਰ potential difference की value आ गई हुण आपां नवें बने capacitor दी capacitance कढ दिए we know that capacitance दा general formula q / v ठीक है जी ते v दी जिहड़ी value बनी इत्थे put up कर लो आपने को result आ जाएगा q over q into d minus t plus t / k और इहदा term आ जाएगी epsilon naught a q कढ जो आपने को c दा formula आ गया epsilon naught a over d ਨਾਲ ਮਲਟੀਪਲਾਈ d ਨਾਲ ਡਿਵਾਈਡ ਕਾਰਨ ਉਹੀ ਆ ਕਿ ਆ ਟਰਮ c ਨਾਟ ਜੇ ਮੈਂ ਲਿਖਣੀ ਆ ਸੌਰੀ ਜੇ ਮੈਂ c ਨਾਟ ਇੰਟਰੋਡਿਊਸ ਕਰਨੀ ਐਪਸਾਈਲਨ ਨਾਟ a ਬਿਆ ਵਾ ਬੇਟਾ d ਇੱਥੇ ਇੰਟਰੋਡਿਊਸ ਕਰਨਾ d ਨਾਲ ਮਲਟੀਪਲਾਈ d ਨਾਲ ਡਿਵਾਈਡ ਕਰਾ ਲਓ ਮਲਟੀਪਲਾਈ ਵਾਲਾ ਇੱਧਰ ਲਿਖ ਦਿੱਤਾ ਡਿਵਾਈਡ ਵਾਲਾ ਹਰ ਇੰਡੀਵਿਜੂਅਲ ਟਰਮ ਦੇ ਨੀਚੇ ਲਿਖੀ ਜਾਣਾ ਆਪਣੇ ਕੋਲ ਬਚ ਜਾਏਗਾ 1 minus t / d plus t / k into d ते आ एनी टर्म जड़ी आएगी एनो से सी नॉट रिप्लेस कर सकते हैं यस सर यस देयरफॉर ये तो सी का फार्मूला सी नॉट ओवर 1 माइनस इना दोनों को कॉमन करना तो दोनों से टी बाय डी आंदा पया उन बेशक बोल कॉमन कर लो टी बाय डी इनटू 1 माइनस 1 बाय के आ मेरे को फाइनल जेड़ा बा कैपेसिटेंस दा फार्मूला आ जाओ ਇਹਦੇ ਅਕੋਰਡਿੰਗਲੀ ਪੇ ਕੰਡੀਸ਼ਨ ਹੋਈ ਹੋਏਗੀ ਜਿੱਦਾਂ ਜਿੱਦਾਂ t ਦੀ ਵੈਲਿਊ d ਤੋਂ ਹਮੇਸ਼ਾ ਛੋਟੀ ਰਹਿਣੀ ਆ ਜਿਹੜੀ ਵਿੱਚ ਸਲੈਬ ਰੱਖਾਂਗੇ ਕਦੀ ਵੀ ਪਲੇਟ ਦੀ ਸੈਪਰੇਸ਼ਨ ਤੋਂ ਜ਼ਿਆਦਾ ਤਾਂ ਹੋਏਗੀ ਨਹੀਂ ਤੇ ਮੈਂ ਲਾਸਟ ਵਰਡ ਆ ਲਿਖਦਾਗੇ ਐਸ ਇਟ t ਇਜ਼ ਲੈਸ ਥੈਨ d ਜੇ t ਦੀ ਵੈਲਿਊ d ਤੋਂ ਸਮਾਲਰ ਆ ਤੇ ਥੇਅਰਫੋਰ c ਦੀ ਵੈਲਿਊ c ਨਾਟ ਤੋਂ ਗ੍ਰੇਟਰ ਆ ਜਾਂਦੀ ਕਿਉਂਕਿ ਜੇ ਆ ਨਿਊਮੀਨੇਟਰ ਤੋਂ ਛੋਟਾ ਤੇ ਓਵਰਆਲ ਜਿਹੜੀ ਇੱਥੇ ਥਰਡੀ ਟਰਮ ਸਾਰੀ ਇਹ ਛੋਟੀ ਬਣੇਗੀ ਇਹ ਮਨ c ਦੀ ਵੈਲਿਊ c ਨਾਟ ਤੋਂ ਕਿੰਨਾ ਜੀ ਗ੍ਰੇਟਰ ਆ ਜਾਂਦਾ ਕ
क्या पूरा टॉपिक क्लियर? जे कोई स्टेप का डाउट एक बार निगाह मारो तो मैं दसूंगे। सिर्फ की किया जे आ स्टेप तो आ स्टेप बनाना वन होता तो दे लिखा ठीक है जी। एप्साइलन नॉट ए बाय डी आप शुरू च डिफाइन किया कि साडा सी नॉट हुंदा इवन आ सारी टर्म दी थां ते सी नॉट आ गया। इन्हां दोनों दे विचों मैं देखा तो टी बाय डी कॉमन कढ सकदा आप टी बाय डी कॉमन कढ लिया नाल माइनस भी बाहर कढ़ी गया ते जे मैं माइनस बाहर कढ़ी ते इहदा नाल इहदे चों माइनस बाहर निकली ते माइनस अंदर रह जू बेटा। यस सर। क्लियर है? यस सर। होर है किसी दा डाउट तो बोलो बच्चे। डन जी करा कंटिन्यू। यस सर। यस। 10th विच पढ़े सी ना ग्रुपिंग ऑफ रेजिस्टेंस एक टॉपिक जो सीरीज दे विच रेजिस्टेंस ऐड करदे आ ते जो पैरेलल च ऐड करदे उहनां दे फार्मूले की आ। दूजा वर्ड जो सीरीज और पैरेलल च रेजिस्टेंस ऐड करदे आ ते अपने को केड़ा वेरिएबल सारियां रेजिस्टर च सेव रहेगा केड़ा वेरिएबल अपने को डिवाइड होगा ਉਸੇ ਦੇ ਬਿਹਾਫ ਦੇ ਉੱਤੇ ਆਪਣਾ ਨੈਕਸਟ ਟੌਪਿਕ ਬਣਨਾ ਵਾ ਕਿਹਦਾ ਜੀ ਗਰੁੱਪਿੰਗ ਆਫ ਕਪੈਸੀਟਰ। ਜੇ ਮੇਰੇ ਕੋਲ ਇੱਕ ਤੋਂ ਜ਼ਿਆਦਾ ਦੋ ਤਿੰਨ ਚਾਰ ਕੰਡੈਂਸਰ ਯਾਨੀ ਕਪੈਸੀਟਰ ਦਿੱਤੇ ਹੋਏ ਆ ਔਰ ਮੈਨੂੰ ਕਿਹਾ ਜਾਵੇ ਕਿ ਇਹਨਾਂ ਨੂੰ ਤੁਸੀਂ ਡਿਫਰੈਂਟ ਡਿਫਰੈਂਟ ਕੰਬੀਨੇਸ਼ਨ 'ਚ ਲਗਾਓ ਕਦੀ ਕਹਿ ਦਿੱਤਾ ਜਾਵੇ ਕਿ ਇਹਦੇ ਨਾਲ ਚਾਰਜ ਮੈਕਸੀਮਮ ਆਵੇ ਕਦੀ ਕਿਹਾ ਜਾਵੇ ਇਹਦੇ ਨਾਲ ਪੋਟੈਂਸ਼ੀਅਲ ਮੈਕਸੀਮਮ ਆਵੇ ਕਦੀ ਕਿਹਾ ਜਾਵੇ ਇਹਨਾਂ ਦੀ ਕਪੈਸਿਟੈਂਸ ਮੈਕਸੀਮਮ ਆਵੇ ਤੇ ਟੌਪਿਕ ਇਹ ਬਣਦਾ ਪਿਆ how we can connect the different capacitor in combination theek hai apne kol kede different combination ban sakde ohde vich do main combination pehlo aauge simple way na baad ch numerical de vich sada mixed combination aa jehde do simple combination aa ohna ch aa jayega series combination of capacitor series combination of capacitor ek cheez clear kara dete board de paper de andar e derivation kithe nahi aani theek hai ji matlab e main hega numerical waste topic so theory de vich samjhange zarur karde ki pae ha basic vi clear hone chahide phir oh numerical ch apply karne penge clear ha yes sir chal सीरीज कॉम्बीनेशन बच्चे सीरीज कॉम्बीनेशन का एक सिंपल मतलब होता है एक चेन अरेंजमेंट बनाना एक चेन दे विच सारे नु जोड़ देना ठीक है। मतलब ये होया कि जे मेरे को नंबर ऑफ कैपेसिटर्स ने ठीक है जे मेरे को नंबर ऑफ कैपेसिटर्स ने एंड द कैपेसिटर्स आर कनेक्टेड इन सीरीज ठीक है एंड ऑल द सीरीज कॉम्बीनेशन इज अटैच्ड विद द बैटरी all the combination of capacitor attached with a battery with one way key yani aa mera switch ho gaya ki mera switch ho gaya inu assi one way key kehne aa press kar danga dot laga danga means circuit switch on ho gaya current pass hona shuru hoega off kar danga te current band ho gaya hun jadon assi capacitor consider kite aapa latta ji eh different capacity de capacitor c1 c2 c3 mein ko different capacity de capacitor बच्चे वर्ड ध्यान ना समझ ਦੇ ਚਲਿਓ ਮੈਥਮੈਟਿਕਲ ਚ ਕੁਝ ਨਹੀਂ ਪਿਆ ਇੱਕ ਲਾਈਨ ਹੀ ਠੀਕ ਹੈ। ਹੁਣ ਜਦੋਂ ਤੁਸੀਂ ਇਹਨੂੰ ਸਵਿਚ ਆਨ ਕੀਤਾ ਅਸੀਂ ਇਹਦੇ ਵਿੱਚ ਕੀ ਕਹਿੰਦੇ ਹੁੰਨੇ ਕਿ ਵੀ ਕੈਪੈਸਿਟਰ ਦੇ ਅਕ੍ਰੋਸ ਕਰੰਟ ਫਲੋ ਕੀਤਾ ਤੇ ਕੈਪੈਸਿਟਰ ਚ ਨਾਰਮਲੀ ਵਰਡ ਕਰੰਟ ਨਹੀਂ ਬੋਲਦੇ ਅਸੀਂ ਕਹਿੰਦੇ ਜੀ ਕੈਪੈਸਿਟਰ ਦੇ ਵਿੱਚ ਚਾਰਜ ਫਲੋ ਕੀਤਾ ਔਰ ਕੈਪੈਸਿਟਰ ਚਾਰਜ ਹੋਣੇ ਸ਼ੁਰੂ ਹੋ ਗਏ ਤੇ ਜਦੋਂ ਕੈਪੈਸਿਟਰ ਚਾਰਜ ਹੋਣੇ ਆ ਠੀਕ ਹੈ ਉਦੋਂ ਦੋ ਚੀਜ਼ਾਂ ਦਾ ਧਿਆਨ ਰੱਖੋਗੇ ਠੀਕ ਹੈ ਜੀ। ਫਾਰਮੂਲਾ ਇੱਕੋ ਆ ਜਦੋਂ ਤੁਸੀਂ 10th ਵਿੱਚ ਓਮਸ ਲਾਅ ਲੈਂਦੇ ਸੀ V equal to IR ਤੇ ਇਸ ਫਾਰਮੂਲੇ ਦੇ ਅਕੋਰਡਿੰਗਲੀ ਅਸੀਂ ਕੀ ਵਰਡ ਯੂਜ਼ ਕਰਦੇ ਸੀਗੇ ਸੀਰੀਜ਼ ਵਿੱਚ ਜਦੋਂ ਆਪਾਂ ਰੈਜ਼ਿਸਟੈਂਸ ਜੋੜੀਆਂ ਉਹਨਾਂ ਦੀ ਰੈਜ਼ਿਸਟੈਂਸ ਕਰੰਟ ਸਾਰਿਆਂ ਚ ਸੇਮ ਚੱਲੂ ਵੋਲਟੇਜ ਡਿਵਾਈਡ ਹੁੰਦੀ ਜਾਊ ਠੀਕ ਹੈ ਤੇ ਪੈਰਲਲ ਚ ਅਸੀਂ ਕਹਿੰਦੇ ਸੀ ਵੋਲਟੇਜ ਸਾਰਿਆਂ ਚ ਸੇਮ ਰਹੂਗੀ ਕਰੰਟ ਡਿਵਾਈਡ ਹੋ ਜਾਊ। ਕੁਝ ਇਦਾਂ ਦੇ ਵਰਡ ਇੱਥੇ ਜਿਹੜੇ ਨੇ ਉਹ ਐਸਚ ਕਰੰਟ ਤੇ ਵੋਲਟੇਜ ਦੀ ਥਾਂ ਤੇ ਠੀਕ ਹੈ ਚਾਰਜ ਤੇ ਵੋਲਟੇਜ ਦੀ ਫਾਰਮ ਚ ਚੱਲਣੇ ਕਰੰਟ ਦੀ ਥਾਂ ਤੇ ਯਾਨੀ ਜਿਹੜਾ ਵੇਰੀਏਬਲ ਚੱਲੇਗਾ ਉਹ ਚਾਰਜ ਹੈ ਪੋਟੈਂਸ਼ੀਅਲ ਡਿਫਰੈਂਸ ਦੀ ਜਗ੍ਹਾ ਤੇ ਪੋਟੈਂਸ਼ੀਅਲ ਡਿਫਰੈਂਸ ਹੀ ਆ। ਇਹਨਾਂ ਦੇ ਮਤਲਬ ਸਮਝਿਓ ਆਪਾਂ ਦੱਸਣਾ ਕੀ ਚਾਹ ਰਿਹਾ। ਜਦੋਂ ਤੁਸੀਂ ਕੈਪੈਸਿਟਰ ਸੀਰੀਜ਼ ਦੇ ਵਿੱਚ ਅਟੈਚ ਕੀਤੇ ਸੀਰੀਜ਼ ਦੇ ਵਿੱਚ ਅਟੈਚਮੈਂਟ ਦਾ ਮਤਲਬ ਹੋਏਗਾ ਕਿ ਵੀ ਫਸਟ ਕੈਪੈਸਿਟਰ ਦੀ ਜਿਹੜੀ ਫਸਟ ਪਲੇਟ ਆ ਇਹਨੂੰ ਬੈਟਰੀ ਦੇ ਪੋਜ਼ਿਟਿਵ ਨਾਲ ਜੋੜ ਲਓ ਤੇ ਲਾਸਟ ਕੈਪੈਸਿਟਰ ਜੇ 10 ਵਾ ਤਾਂ 10ਵਾਂ ਜੇ 9 ਆ ਤੇ 9ਵਾਂ ਜੇ 3ਵਾਂ ਤੇ 3ਵਾਂ
ਠੀਕ ਹੈ ਲਾਸਟ ਕੈਪੈਸਿਟਰ ਦੀ ਜਿਹੜੀ ਲਾਸਟ ਪਲੇਟ ਆ ਅਨਾ ਸੈਕਿੰਡ ਪਲੇਟ ਜਿਹਨੂੰ ਕਹਾਂਗਾ ਉਹਨੂੰ ਮੈਂ ਆਪਣੇ ਦੇ ਨੈਗੇਟਿਵ ਨਾਲ ਜੋੜਿਆ ਠੀਕ ਹੈ ਬਾਕੀ ਜਿੰਨੇ ਵੀ ਇਹਦੇ ਇਨ ਬਿਟਵੀਨ ਕੈਪੈਸਿਟਰ ਆ ਉਹ ਡਾਇਰੈਕਟਲੀ ਕੋਈ ਵੀ ਬੈਟਰੀ ਨਾਲ ਨਹੀਂ ਜੁੜਿਆ ਹੋਏਗਾ ਦੇ ਆਲ ਆਰ ਇਨ ਡਾਇਰੈਕਟਲੀ ਕਨੈਕਟਡ ਵਿਦ ਬੈਟਰੀ ਥਰੂ ਅਨਦਰ ਕੈਪੈਸਿਟਰ ਠੀਕ ਹੈ ਬਾਕੀ ਜਿੰਨੇ ਵੀ ਮੇਰੇ ਕੋਲ ਕੈਪੈਸਿਟਰ ਆਨੇ ਆ ਪਹਿਲੇ ਤੇ ਲਾਸਟ ਵਾਲੇ ਨੂੰ ਛੱਡ ਕੇ ਉਹ ਐਸਚ ਡਾਇਰੈਕਟ ਬੈਟਰੀ ਨਾਲ ਨਹੀਂ ਜੁੜਦੇ ਹਨਾ ਉਹ ਬਾਕੀ ਕੈਪੈਸਿਟਰ ਦੇ ਥਰੂ ਪਹਿਲੇ ਤੇ ਦੂਸਰਾ ਲਾਸਟ ਕੈਪੈਸਿਟਰ ਦੇ ਥਰੂ ਬੈਟਰੀ ਨਾਲ ਜੁੜਨੇ ਕੀ ਗੱਲ ਸਮਝ ਆਈ ਯੈਸ ਸਰ ਯੈਸ ਸਰ ਜਦੋਂ ਅਸੀਂ ਕਹਾਂਗੇ ਜੀ ਕੈਪੈਸਿਟਰ ਜੋੜ ਦਿੱਤੇ ਅਸੀਂ ਕਹਿੰਦੇ ਪਲੱਸ q ਕੂਲੰਬ ਚਾਰਜ ਫਲੋ ਕਰਨਾ ਸ਼ੁਰੂ ਹੋਇਆ ਵੈਸੇ ਤਾਂ ਇਹ ਆ ਕਿ ਪਲੱਸ q ਕੂਲੰਬ ਚਾਰਜ ਫਲੋ ਹੀ ਨਹੀਂ ਕਰਦਾ ਯਾਨੀ ਚਾਰਜ ਜਦੋਂ ਵੀ ਫਲੋ ਕਰਦਾ ਉਹ ਇਲੈਕਟ੍ਰੋਨ ਨੇ ਇਲੈਕਟ੍ਰੋਨ ਚੱਲਦਾ ਨੈਗੇਟਿਵ ਤੋਂ ਪੋਜ਼ਿਟਿਵ ਵੱਲ ਫਲੋ ਤੇ ਇਲੈਕਟ੍ਰੋਨ ਦਾ ਹੁੰਦਾ ਪਰ ਕਿਉਂਕਿ ਅਸੀਂ ਸਰਕਟ ਦੇ ਅੰਦਰ ਠੀਕ ਹੈ ਜਦੋਂ ਵੀ ਦਿਖਾਉਂਦੇ ਆ ਉਹ ਕਨਵੈਨਸ਼ਨਲ ਕਰੰਟ ਆ ਤੇ ਕਨਵੈਨਸ਼ਨਲ ਕਰੰਟ ਹਮੇਸ਼ਾ ਪੋਜ਼ਿਟਿਵ ਤੋਂ ਨੈਗੇਟਿਵ ਵੱਲ ਫਲੋ ਕਰਦਾ ਇਸ ਲਈ ਅਸੀਂ ਪਲੱਸ ਕਿਊ ਚਾਰਜ ਕਹਿ ਕੇ ਇਹਦਾ ਪਾਥ ਸਰਕਟ 'ਚ ਦਿਖਾ ਲੈਂਦੇ ਜਦੋਂ ਕਿਊ ਕੂਲੰਬ ਚਾਰਜ ਸਰਕਟ 'ਚ ਫਲੋ ਕਰਨਾ ਸ਼ੁਰੂ ਹੋਇਆ ਇਹਨੇ ਕੀ ਕੀਤਾ ਕੈਪੈਸੀਟਰ ਦੀ ਇਸ ਫਸਟ ਪਲੇਟ ਨੂੰ ਚਾਰਜ ਕਰਤਾ ਆ ਪਲੇਟ ਮੇਰੀ ਪੋਜ਼ਿਟਿਵ ਚਾਰਜ ਹੋ ਗਈ ਅੰਦਰ ਵੀ ਬਾਹਰ ਵੀ ਇਸ ਦੇ ਨਾਲ ਪੋਜ਼ਿਟਿਵ ਚਾਰਜ ਹੋ ਗਈ ਇਸ ਪਲੇਟ ਤੇ ਚਾਰਜ ਆਨ ਕਰਕੇ ਇਹਨੇ ਕੀ ਕੀਤਾ ਕੈਪੈਸੀਟਰ ਦੀ ਸੈਕਿੰਡ ਪਲੇਟ ਤੇ ਚਾਰਜ ਇੰਡਿਊਸ ਕੀਤਾ ਅੰਦਰਲੇ ਪਾਸੇ ਨੈਗੇਟਿਵ ਬਾਹਰਲੇ ਪਾਸੇ ਪੋਜ਼ਿਟਿਵ ਪਰ ਬਾਹਰਲਾ ਪਾਸਾ ਜਿਹੜਾ ਵਾ ਉਹ ਕਿਉਂਕਿ ਇੱਕ ਕੰਡਕਟਿੰਗ ਵਾਇਰ ਦੇ ਨਾਲ ਦੂਜੇ ਕੈਪੈਸੀਟਰ ਨਾਲ ਜੋੜਿਆ ਇਸ ਲਈ ਜਿਹੜਾ ਬਾਹਰਲੇ ਪਾਸੇ ਪੋਜ਼ਿਟਿਵ ਚਾਰਜ ਆਣਾ ਉਹ ਇਥੋਂ ਦੀ ਫਲੋ ਕਰਕੇ ਸੈਕਿੰਡ ਕੈਪੈਸੀਟਰ ਦੀ ਆ ਪਲੇਟ ਦੇ ਉੱਤੇ ਆ ਜਾਣਾ ਇਹਨੂੰ ਅਸੀਂ ਸ਼ੋਅ ਆਫ ਕਰੀਏ ਤੇ ਇਦਾਂ ਕਵਾਂਗੇ ਕਿ ਫਸਟ ਕੈਪੈਸੀਟਰ ਦੀ ਇੱਕ ਪਲੇਟ ਪੋਜ਼ਿਟਿਵ ਚਾਰਜ ਹੋ ਗਈ ਠੀਕ ਹੈ ਜੀ ਇਹਦੀ ਸੈਕਿੰਡ ਪਲੇਟ ਜਿਹੜੀ ਮੇਰੀ ਆ ਉਹ ਇਸ ਵੇ ਨਾਲ ਨੈਗੇਟਿਵ ਚਾਰਜ ਆ ਕਲੀਅਰ ਗੱਲ ਯੈਸ ਸਰ ਯੈਸ ਸਰ ਇਹਦੇ ਬਾਹਰਲੇ ਪਾਸੇ ਪੋਜ਼ਿਟਿਵ ਚਾਰਜ ਆਇਆ ਠੀਕ ਹੈ ਇਹ ਕੈਪੈਸੀਟਰ ਦੂਜੇ ਨਾਲ ਜੁੜੇ ਹੋਣ ਕਰਕੇ ਉਹਨਾਂ ਹੀ ਪਲੱਸ ਕਿਊ ਕੂਲੰਬ ਚਾਰਜ ਸੈਕਿੰਡ ਕੈਪੈਸੀਟਰ ਕੋ ਪਹੁੰਚ ਗਿਆ ਇਹਨੇ ਸੈਕਿੰਡ ਕੈਪੈਸੀਟਰ ਦੀ ਫਸਟ ਪਲੇਟ ਤੇ ਪੋਜ਼ਿਟਿਵ ਚਾਰਜ ਬਿਲਡ ਅਪ ਕਰ ਲਿਆ ਇਹਦੇ ਕਰਕੇ ਸੈਕਿੰਡ ਪਲੇਟ ਤੇ ਨੈਗੇਟਿਵ ਚਾਰਜ ਇੰਡਿਊਸ ਹੋ ਗਿਆ ਫਿਰ ਥਰਡ ਕੈਪੈਸੀਟਰ ਕੋ ਚਾਰਜ ਚਲਾ ਗਿਆ ਤੇ ਇਹਦੀ ਇੱਕ ਪਲੇਟ ਮੇਰੀ ਪੋਜ਼ਿਟਿਵ ਚਾਰਜ ਹੋ ਗਈ ਤੇ ਆ ਦੂਜੀ ਪਲੇਟ ਦੇ ਕੋ ਜਿਹੜੀ ਉਹ ਨੈਗੇਟਿਵ ਚਾਰਜ ਹੋ ਗਈ ਤੇ ਹੁਣ ਜਿੰਨਾ ਇਹਦੇ ਬਾਹਰਲੇ ਪਾਸੇ ਪੋਜ਼ਿਟਿਵ ਚਾਰਜ ਆਇਆ ਹਨਾ ਉਹ ਅਸੀਂ ਜਿਵੇਂ ਕਿ ਐਸ ਐਚ ਇਥੋਂ ਦੀ ਫਲੋ ਕਰਕੇ ਇਥੋਂ ਦੀ ਫਲੋ ਕਰਕੇ ਬੈਟਰੀ ਦੇ ਨੈਗੇਟਿਵ ਨਾਲ ਆ ਕੇ ਨਿਊਟਰਲਾਈਜ਼ ਹੋ ਗਿਆ ਬੇਟਾ ਇੱਕ ਗੱਲ ਦਿਮਾਗ 'ਚ ਰੱਖਿਓ ਬੈਟਰੀ ਨੇ ਜਿੰਨਾ ਚਾਰਜ ਸਰਕਟ 'ਚ ਭੇਜਣਾ ਵਾ ਬੈਟਰੀ ਨੇ ਵਾਪਸ ਪੂਰਾ ਲੈਣਾ ਵਾ ਜੇ 10 ਕੂਲੰਬ ਚਾਰਜ ਸਰਕਟ 'ਚ ਚੱਲਿਆ ਵਾ ਤੇ ਐਸ ਵੇਲੇ ਤੁਹਾਡਾ ਚਾਰਜ ਰਸਤੇ 'ਚ ਕਿਤੇ ਡਿਵਾਈਡ ਹੋਣਾ ਸ਼ੁਰੂ ਹੋ ਜਾਵੇ ਠੀਕ ਹੈ ਤੇ ਐਂਡ ਜਦੋਂ ਤੁਸੀਂ ਬੈਟਰੀ ਦੇ ਨੈਗੇਟਿਵ ਨੂੰ ਚਾਰਜ ਦਾ ਹਿਸਾਬ ਦੇਣਾ ਵਾ ਤਾਂ ਪੂਰਾ ਦੇਣਾ ਜਿੰਨਾ ਬੈਟਰੀ ਦੇ ਪੋਜ਼ਿਟਿਵ ਤੋਂ ਅਸੀਂ ਚਾਰਜ ਉਧਾਰਾ ਲੈ ਕੇ ਤੁਰੇ ਸੀਗੇ ਬੈਟਰੀ ਦੇ ਨੈਗੇਟਿਵ ਨੂੰ ਅਸੀਂ ਉਨਾ ਹੀ ਚਾਰਜ ਵਾਪਸ ਫੜਾਉਣਾ ਬੈਟਰੀ ਦੇ ਨੈਗੇਟਿਵ ਤੋਂ ਜੇ 10 ਇਲੈਕਟ੍ਰੋਨ ਨਿਕਲੇ ਸਰਕਟ 'ਚ ਗਏ ਆ ਠੀਕ ਹੈ ਤੇ ਬੈਟਰੀ ਦੇ ਇਸ ਪੋਜ਼ਿਟਿਵ ਟਰਮੀਨਲ ਤੱਕ 10 ਇਲੈਕਟ੍ਰੋਨ ਦਾ ਹਿਸਾਬ ਪੂਰਾ ਵਾਪਸ ਮੋੜਨਾ ਸੀ ਕਿਉਂਕਿ ਲਾਅ ਆਫ ਕਨਜ਼ਰਵੇਸ਼ਨ ਆਫ ਚਾਰਜ ਕਹਿੰਦਾ ਚਾਰਜ ਮੇਰੇ ਕੋਲ ਨਾ ਤਾਂ ਕੋਈ ਲਾਸ ਹੋਣਾ ਤੇ ਨਾ ਐਕਸਟਰਾ ਬਚਣਾ ਗੱਲ ਸਮਝ ਆਈ ਯੈਸ ਸਰ ਯੈਸ ਸਰ ਇਸ ਪੂਰੇ ਪ੍ਰੋਸੈਸ ਦੇ ਅੰਦਰ ਬੇਟਾ ਸਮਝੀ ਚੱਲਿਓ ਵਰਡ ਸਮਝਣ ਵਾਲੇ ਆ ਠੀਕ ਹੈ ਲਿਖਣ ਨੂੰ ਤਾਂ ਮੈਥਮੈਟਿਕਲ ਸਿੰਬਲ ਆ ਪਰ ਮੀਨਿੰਗ ਵਾਈਜ਼ ਉਹਨਾਂ ਦੇ ਹੈਗੇ ਨੇ ਸਮਝਣ ਵਾਲੇ ਹੁਣ ਜਦੋਂ ਇਸ C1 ਕੈਪੈਸਿਟਰ ਦੇ ਕੋਲ Q ਕੂਲੰਬ ਚਾਰਜ ਨਿਕਲਿਆ ਕਿਉਂਕਿ ਚਾਰਜ ਉਹ ਸਾਰੇ ਕੈਪੈਸਿਟਰ ਤੋਂ ਬੈਟਰੀ ਦੇ ਪੋਜ਼ਿਟਿਵ ਤੋਂ ਚੱਲ ਕੇ ਬੈਟਰੀ ਦੇ ਨੈਗੇਟਿਵ ਤੱਕ ਪਹੁੰਚਣ ਲਈ ਸਾਰੇ ਚਾਰਜ ਉਹ ਨਿਕਲਣ ਵਾਸਤੇ ਇੱਕੋ ਹੀ ਰਸਤਾ ਸੀਗਾ ਕੋਈ ਕੋਈ ਅਲਟਰਨੇਟਿਵ ਪਾਥ ਹੈ ਨਹੀਂ ਸੀਗਾ ਇਸ ਲਈ ਸਾਰੇ ਕੈਪੈਸਿਟਰਸ ਦੇ ਥਰੂ ਸੇਮ ਚਾਰਜ ਫਲੋ ਕਰਕੇ ਗਿਆ ਤੁਸੀਂ ਦੋ ਵਰਡ ਜ਼ਰੂਰ ਪੜੋਗੇ ਕਿ ਵੀ ਚਾਰਜ ਸੇਮ ਰਿਹਾ ਕਿ ਵੋਲਟੇਜ ਸੇਮ ਰਹੀ ਤੇ ਐਸ ਵੇਲੇ ਮੇਰੇ ਕੋਲ ਇਹਨਾਂ ਸਾਰੇ ਕੈਪੈਸਿਟਰ ਚੋਂ ਸੇਮ ਚਾਰਜ ਫਲੋ ਕੀਤਾ ਇਸ ਲਈ ਇਹਨਾਂ ਸਾਰੇ ਕੈਪੈਸਿਟਰ ਚ ਜਦੋਂ ਚਾਰਜ ਸੇਮ ਫਲੋ ਕੀਤਾ ਆ ਲਾਈਕ ਸਮਝਣ ਵਾਲੀ ਆ Q ਇਕੁਅਲ ਟੂ ਦਾ CV ਉਹ ਜਿੰਨਾ ਦੀ ਪ੍ਰੋਡਕਟ ਆ ਠੀਕ ਹੈ ਜੇ ਦੋ ਚੀਜ਼ਾਂ ਦੀ ਪ੍ਰੋਡਕਟ ਆ ਤੇ Q ਸਾਰਿਆਂ ਚ ਸੇਮ ਆ ਪਹਿਲੇ ਕੈਪੈਸਿਟਰ ਦੇ ਵਿੱਚ ਲਿਖਣਾ ਤੇ ਇਹਦੀ ਕੈਪੈਸਿਟੈਂਸ C1 ਆ ਠੀਕ ਹੈ ਦੂਜੇ ਕੈਪੈਸਿਟਰ ਨੂੰ ਲਿਖਣਾ Q2 C2V ਤੀਜੇ ਨੂੰ ਲਿਖਣਾ Q C3V ਠੀਕ ਹੈ ਤੇ ਕਹਿੰਦਾ ਵੀ ਇੱਕ ਗਲਤੀ ਕਰਦਾ ਪਿਆ ਜੇ ਇਹਨਾਂ ਸਾਰਿਆਂ ਦਾ Q ਸੇਮ ਆ ਹਨਾ ਔਰ Q C ਤੇ V ਦੀ ਪ੍ਰੋਡਕਟ ਆ
ਪ੍ਰੋਡਕਟ ਵਿੱਚੋਂ ਇੱਕ ਚੀਜ਼ ਤੇ ਡਿਫਰੈਂਟ ਆ ਤੇ ਇਹਦੇ ਵਿੱਚ ਦੂਜੇ ਨੂੰ ਵੀ ਤਾਂ ਬਦਲਣਾ ਪਊ ਤਦੇ ਪ੍ਰੋਡਕਟ ਸੇਮ ਰਹੂਗੀ ਯੈਸ ਸਰ ਗੱਲ ਸਮਝ ਆਈ ਸਰ ਯੈਸ ਸਰ ਬੜੇ ਯੈਸ ਸਰ ਜੋ ਲਾਈਨ ਕਹਿ ਰਿਹਾ ਉਹਦਾ ਮਤਲਬ ਇਹ ਹੋਏਗਾ ਜਦੋਂ ਇਹਨਾਂ ਸਾਰੇ ਕੈਪੈਸਿਟਰ ਦੀ ਕੈਪੈਸਿਟੈਂਸ ਸੇਮ ਆ ਨਾ ਸੌਰੀ ਕੈਪੈਸਿਟੈਂਸ ਇਹਨਾਂ ਦੇ ਸਾਰਿਆਂ ਦੀ ਡਿਫਰੈਂਟ ਆ ਕੈਪੈਸਿਟੀ ਚਾਰਜ ਨੂੰ ਸਟੋਰ ਕਰਨ ਦੀ ਸਾਰਿਆਂ ਦੀ ਡਿਫਰੈਂਟ ਆ ਪਰ ਚਾਰਜ ਸਾਰੇ ਬਰਾਬਰ ਦਾ ਸਟੋਰ ਕਰਦੇ ਪਏ ਇਹਦਾ ਮਤਲਬ ਆ ਇਸ ਕਪੈਸਿਟਰ ਚ ਚਾਰਜ ਨੂੰ ਸਟੋਰ ਹੋਣ ਵਾਸਤੇ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਚਾਹੀਦਾ ਜਿਹੜਾ ਵਰਕ ਕਰਨਾ ਪੈਣਾ ਵਾ ਪੋਟੈਂਸ਼ੀਅਲ ਦਾ ਦੂਜਾ ਨਾਮ ਵਰਕ ਦਾ ਨਾਮ ਤੇ ਇਹਨਾਂ ਸਾਰੇ ਕਪੈਸਿਟਰ ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਹੋਏਗਾ ਉਹ ਡਿਫਰੈਂਟ ਡਿਫਰੈਂਟ ਹੋਏਗਾ ਕਿਉਂਕਿ ਇਹਨਾਂ ਸਾਰਿਆਂ ਦੇ ਐਸਐਚ ਚਾਰਜ ਮੇਰੇ ਕੋਲ ਜਿਹੜੇ ਉਹ ਸੇਮ ਨਿਕਲੇ ਸਾਰਿਆਂ ਦੇ ਵਿੱਚ ਇਸ ਲਈ ਜੇ ਮੈਂ V ਲਿਖਾਂ ਹਰ ਕਪੈਸਿਟਰ ਦਾ V ਹੈਗਾ Q by C ਠੀਕ ਹੈ ਬੱਚੇ ਜਿਹਦਾ ਮਾਈਕ ਆਨ ਆ ਪੁੱਤ ਉਹ ਬੰਦ ਕਰੋ ਬੇਟਾ ਡਿਸਟਰਬੈਂਸ ਆ ਫਿਰ ਤਾਂ ਬਾਕੀਆਂ ਨੂੰ ਹੋ ਰਹੀ ਜਿਹਦਾ ਵੀ ਮਾਈਕ ਆਨ ਆ ਮੇਰੇ ਤੋਂ ਇਲਾਵਾ ਬੰਦ ਕਰ ਲਓ ਸੋ B ਹੈਗਾ Q by C ਠੀਕ ਹੈ Q ਸਾਰਿਆਂ 'ਚ ਸੇਮ ਆ ਇਹਦਾ ਮਤਲਬ B ਤੇ C ਇੱਕ ਦੂਜੇ ਦੇ ਰੈਸੀਪ੍ਰੋਕਲ ਆ ਜੇ ਐਸ ਐਚ ਇਹਨਾਂ ਵਿੱਚੋਂ ਕਿਸੇ ਕਪੈਸਿਟਰ ਦੀ ਕਪੈਸਿਟੀ ਘੱਟ ਹੋਈ ਚਾਰਜ ਸਟੋਰ ਕਰਨ ਦੀ ਪਰ ਚਾਰਜ ਤੁਸੀਂ ਉਹਨੂੰ ਓਨਾ ਹੀ ਦਿੱਤਾ ਜਿੰਨਾ ਕਹਿੰਦਾ ਜੀ ਜ਼ਿਆਦਾ ਕਪੈਸਿਟੀ ਵਾਲੇ ਨੂੰ ਦਿੱਤਾ ਇਹਦਾ ਮਤਲਬ ਫਿਰ ਉਹਨੂੰ ਓਨਾ ਚਾਰਜ ਸਟੋਰ ਕਰਨ ਲਈ ਵਰਕ ਜ਼ਿਆਦਾ ਕਰਨਾ ਪਊਗਾ ਯੈਸ ਸਰ ਯੈਸ ਸਰ ਮੈਂ ਫੇਰ ਤੋਂ ਰਿਪੀਟ ਕਰ ਰਿਹਾ ਇਹਨੂੰ ਦਿਮਾਗ 'ਚ ਬਿਠਾਓ ਜੋ ਕਹਿਣਾ ਪਿਆ ਠੀਕ ਹੈ ਜਦੋਂ ਤੁਹਾਡੇ ਕੋਲ ਐਸ ਤਿੰਨ ਕਪੈਸਿਟਰ ਦਾ ਵੱਖਰੀ ਵੱਖਰੀ ਕਪੈਸਿਟੀ ਦੇ ਠੀਕ ਹੈ ਜੀ ਮਤਲਬ ਉਹਨਾਂ ਸਾਰਿਆਂ ਦੀ ਚਾਰਜ ਨੂੰ ਸਟੋਰ ਕਰਨ ਦੀ ਕਪੈਸਿਟੀ ਤਾਂ ਵੱਖਰੀ ਵੱਖਰੀ ਸੀ ਪਰ ਹੁਣ ਏਦਾਂ ਦਾ ਮੌਕਾ ਆਇਆ ਕਿ ਜਦੋਂ ਉਹਨਾਂ ਤਿੰਨਾਂ ਨੂੰ ਬਰਾਬਰ ਦਾ ਚਾਰਜ ਸਟੋਰ ਕਰਨਾ ਪਿਆ ਇੱਕ ਪਲਾਟ ਖਰੀਦਣਾ ਸੀ ਠੀਕ ਹੈ ਤਿੰਨ ਜਣਿਆਂ ਨੇ ਇੱਕ ਕੋਲ ਥੋੜੇ ਪੈਸੇ ਸੀ ਇੱਕ ਕੋਲ ਜ਼ਿਆਦਾ ਸੀ ਇੱਕ ਕੋਲ ਨਾਰਮਲ ਸੀ ਠੀਕ ਹੈ ਹੁਣ ਹੋਇਆ ਕਿ ਉਹ ਕਹਿੰਦਾ ਜੀ ਹਿੱਸੇ ਬਰਾਬਰ ਪਾਣੇ ਆ ਠੀਕ ਹੈ ਤਿੰਨਾਂ ਦਾ ਹਿੱਸਾ ਆਪਣਾ ਬਰਾਬਰ ਯਾਨੀ ਹਿੱਸੇ ਜਿਹੜੇ ਉਹ ਚਾਰਜ ਬਣ ਗਏ ਉਹ ਕਹਿੰਦਾ ਜੀ ਤਿੰਨਾਂ ਕੋਲ ਚਾਰਜ ਬਰਾਬਰ ਰਵੇ ਤਿੰਨਾਂ ਕੋਲ ਹਿੱਸਾ ਬਰਾਬਰ ਹੋਵੇ ਤੇ ਫਿਰ ਜਿਹੜਾ ਸਭ ਤੋਂ ਘੱਟ ਪੈਸੇ ਵਾਲਾ ਉਹ ਕਹਿੰਦਾ ਜੀ ਤੈਨੂੰ ਕੰਮ ਜਿਹੜੇ ਬਾਕੀ ਕਹਿੰਦੇ ਤੈਨੂੰ ਕੰਮ ਜ਼ਿਆਦਾ ਕਰਨਾ ਪੈਣਾ ਆਪਣਾ ਹਿੱਸਾ ਬਰਾਬਰ ਲੈ ਕੇ ਆਉਣ ਲਈ ਉਹੀ ਚੀਜ਼ ਉੱਤੇ ਕਹਿਣਾ ਪਿਆ ਜੇ ਇਹਦੀ ਕਪੈਸਿਟੀ ਚਾਰਜ ਨੂੰ ਸਟੋਰ ਕਰਨ ਦੀ ਥੋੜੀ ਸੀ ਪਰ ਚਾਰਜ ਇਹਨੇ ਵੀ ਓਨਾ ਹੀ ਲਿੱਤਾ ਜਿੰਨਾ ਬਾਕੀ ਨੇ ਲਿੱਤਾ ਤੇ ਫਿਰ ਇਹਨੂੰ ਪੋਟੈਂਸ਼ੀਅਲ ਡਿਫਰੈਂਸ ਦੀ ਵੈਲਿਊ ਵੀ ਜਿਹੜੀ ਆ ਉਹ ਪਰ ਜ਼ਿਆਦਾ ਬਣਾਣੀ ਪਊ ਯੈਸ ਹੁਣ ਇਸੇ ਦੇ ਬਿਹਾਫ ਤੇ ਜੇ ਆਪਾਂ ਟੌਪਿਕ ਸ਼ੁਰੂ ਕਰੀਏ ਠੀਕ ਹੈ ਮੈਥਮੈਟਿਕਲ 2 ਮਿੰਟਾਂ ਚ ਕਦਮ ਹੋਣ ਆ ਵੀ 1 ਵੀ 2 ਵੀ 3 ਡਿਫਰੈਂਟ ਜਿਹੜੇ ਆਏ ਨੇ ਹੁਣ ਇਹ ਦਿਮਾਗ ਚ ਰੱਖਿਓ Q ਤੇ V ਦੇ ਵਿੱਚੋਂ ਜਿਹੜੀ ਚੀਜ਼ ਡਿਵਾਈਡ ਹੁੰਦੀ ਹੋਵੇ ਇਕੁਏਸ਼ਨ ਅਸੀਂ ਉਹਦੀ ਬਣਾ ਕੇ ਲਿਖਣੀ ਹੈ ਜਿਹੜਾ ਬੈਟਰੀ ਨੇ ਸਰਕਟ ਪੂਰੇ ਦੇ ਵਿੱਚ ਚਾਰਜ ਦਾ ਫਲੋ ਮੇਨਟੇਨ ਕਰਨ ਵਾਸਤੇ ਵਰਕ ਕੀਤਾ ਉਹਨੇ ਕੀਤਾ V ਵੋਲਟ ਠੀਕ ਹੈ ਪੋਟੈਂਸ਼ੀਅਲ ਦਾ ਦੂਜਾ ਨਾਮ ਵਰਕ ਡਨ ਠੀਕ ਹੈ ਜਿਹੜਾ ਇਹਨੇ ਐਸ ਸੱਚ ਕਹਿੰਦਾ ਜੀ ਸਰਕਟ ਦੇ ਵਿੱਚ ਚਾਰਜ ਦਾ ਫਲੋ ਮੇਨਟੇਨ ਕਰਨ ਲਈ ਵਰਕ ਕੀਤਾ ਇਹ ਇੱਥੇ ਤਿੰਨ ਫਾਰਮ ਚ ਡਿਵਾਈਡ ਆ ਠੀਕ ਹੈ ਇਹਨਾਂ ਜਿੰਨਾ ਬੈਟਰੀ ਵਰਕ ਕਰੇਗੀ ਜਿੰਨਾ ਬੈਟਰੀ ਆਪਣੀ ਕੈਮੀਕਲ ਐਨਰਜੀ ਨੂੰ ਕੰਜ਼ਿਊਮ ਕਰੇਗੀ ਚਾਰਜ ਦੇ ਫਲੋ ਨੂੰ ਮੇਨਟੇਨ ਕਰਨ ਲਈ ਉਹ ਜਿੰਨਾ ਇਹਨੇ ਵਰਕ ਟੋਟਲ ਕੀਤਾ ਤੇ ਇਹਨਾਂ ਤਿੰਨਾਂ ਦਾ ਮਿਲਾ ਕੇ ਜਿੰਨਾ ਵਰਕ ਹੋਏਗਾ ਕੰਜ਼ਰਵੇਸ਼ਨ ਆਫ ਐਨਰਜੀ ਕਹਿੰਦਾ ਕਿ ਜਿੰਨਾ ਮਿਲਾ ਕੇ ਕਿੰਨਾ ਚ ਐਨਰਜੀ ਆਈ ਤੇ ਜਿੰਨੀ ਇਹਨੇ ਟੋਟਲ ਐਨਰਜੀ ਸਪਲਾਈ ਕੀਤੀ ਇਹਦੇ ਅੰਦਰ ਜਦੋਂ ਚਾਰਜ ਸਟੋਰ ਹੋਇਆ ਉਹ ਤੇ ਆਹ ਸਾਰੀਆਂ ਚੀਜ਼ਾਂ ਦੱਸਣ ਦਿਲ ਕਰਦਾ ਸਮਝਿਓ ਇਹਨਾਂ ਦੇ ਵਿੱਚ ਜਦੋਂ ਚਾਰਜ ਸਟੋਰ ਹੋਇਆ ਤੇ ਇਹਨਾਂ ਚ ਇਲੈਕਟ੍ਰੀਕਲ ਐਨਰਜੀ ਸਟੋਰ ਹੋਈ ਆ ਕਪੈਸਿਟਰ ਮੇਰੇ ਚਾਰਜ ਹੋ ਗਏ ਇਲੈਕਟ੍ਰੀਕਲ ਐਨਰਜੀ ਸਟੋਰ ਕਰਕੇ ਬੈਠੇ ਆ ਜਿੰਨੀ ਇਹਨਾਂ ਤਿੰਨਾਂ ਦੇ ਵਿੱਚ ਮਿਲਾ ਕੇ ਐਨਰਜੀ ਆ ਉਹ ਵੀ 1 ਪਲੱਸ ਵੀ 2 ਪਲੱਸ ਵੀ 3 ਆ ਇਹ ਜਿੰਨੀ ਟੋਟਲ ਐਨਰਜੀ ਐਸ ਤਿੰਨਾਂ ਚ ਹੋਏਗੀ ਓਨੀ ਹੀ ਐਨਰਜੀ ਅਸੀਂ ਮੰਨ ਕੇ ਚੱਲਦੇ ਇਸ ਬੈਟਰੀ ਦੀ ਕੈਮੀਕਲ ਐਨਰਜੀ ਕੰਜ਼ਿਊਮ ਹੋਈ ਹੋਏਗੀ ਕਿਉਂ ਅਸੀਂ ਇੱਕ ਅਸੰਪਸ਼ਨ ਨਾਲ ਲਗਾਉਂਦੇ ਆ ਕਿ ਜਿਹੜੀ ਕਨੈਕਟਿੰਗ ਵਾਇਰ ਆ ਇਹਦੇ ਵਿੱਚ ਕੋਈ ਹੀਟ ਦੀ ਫਾਰਮ 'ਚ ਲਾਸ ਨਹੀਂ ਹੁੰਦਾ ਪ੍ਰੈਕਟੀਕਲੀ ਤੇ ਹੁੰਦਾ ਪਰ ਅਸੀਂ ਮੰਨ ਕੇ ਚੱਲਦੇ ਬੈਟਰੀ ਦੀ ਜਿੰਨੀ ਕੈਮੀਕਲ ਐਨਰਜੀ ਕੰਜ਼ਿਊਮ ਹੋਈ ਆ ਤੇ ਜਿੰਨੀ ਇਹਨਾਂ ਕਪੈਸਿਟਰ ਦੇ ਕ੍ਰੋਸ ਇਲੈਕਟ੍ਰੀਕਲ ਐਨਰਜੀ ਮਿਲਾ ਕੇ ਆਈ ਆ ਇਹ ਆਪਸ ਦੇ ਵਿੱਚ ਇਕੁਅਲ ਆ ਇਸ ਚੀਜ਼ ਨੂੰ ਅਸੀਂ ਮੈਥਮੈਟਿਕਲੀ ਇਦਾਂ ਲਿਖ ਦਿੰਦੇ ਵੀ ਨੋ ਦੈਟ V ਇਕੁਅਲ ਟੂ ਵੀ 1 ਪਲੱਸ ਵੀ 2 ਪਲੱਸ ਵੀ 3 ਕਿਆ ਆ ਲਾਈਨ ਕਿਉਂ ਲਿਖੀ ਸਮੇਂ ਲੱਗੀ ਯੈਸ ਸਰ ਯੈਸ ਸਰ ਬਟ V ਦਾ ਫਾਰਮੂਲਾ ਆਪਣੇ ਕੋਲ ਆਂਦਾ Q / C ਥੇਅਰਫੋਰ ਆਪਣੇ ਕੋਲ ਆ ਗਿਆ Q / CS CS ਲਿਖ ਦਾਂਗੇ ਇਕੁਇਵਲੈਂਟ ਕਪੈਸਿਟੈਂਸ ਇਨ ਸੀਰੀਜ਼ ਇਕੁਅਲ ਟੂ ਆ ਗਿਆ Q / C1 ਪਲੱਸ Q / C2 ਪਲੱਸ Q / C3
Q सारे जो कट दे इसका मतलब 1 by CS की वैल्यू 1 by C1 plus 1 by C2 plus 1 by C3 यानी आम इक्वल ऐसा जी है मेरे सर्किट की टोटल कैपेसिटेंस आ गई मतलब ये होया जे मैं तिने कैपेसिटर ला के केरी ना दे आ एक कैपेसिटर लेना होवे तिने कैपेसिटर लाते आ एक कैपेसिटर CS कैपेसिटेंस वाला लेना होवे ठीक है जिन्हें मैं ओने वोल्ट की बैटरी नाल ही जोड़ा ਇਹਨੂੰ ਵੀ ਮੈਂ 20 ਵੋਲਟ ਦੀ ਬੈਟਰੀ ਨਾਲ ਜੋੜਾਂ ਇਹਨੂੰ ਵੀ ਮੈਂ ਕਿਉ ਕੂਲਮ ਚਾਰਜ ਦਵਾਂ ਇਹਦੇ ਅਕ੍ਰੋਸ ਦੀ ਕਿਉ ਕੂਲਮ ਚਾਰਜ ਸਟੋਰ ਹੋਵੇ ਤੇ ਇਸ ਪ੍ਰੋਸੈਸ ਦੇ ਅੰਦਰ ਇਹਦੀ ਕੈਪੈਸਿਟੈਂਸ ਜਿਹੜੀ ਹੋਏਗੀ ਉਹ ਇਹਨਾਂ ਤਿੰਨਾਂ ਕੈਪੈਸਿਟਰ ਦੀ ਰੈਸੀਪ੍ਰੋਕਲ ਕੈਪੈਸਿਟੈਂਸ ਦੇ ਬਰਾਬਰ ਹੋਏਗੀ ਕੀ ਗੱਲ ਸਮਝ ਆਈ ਜੀ ਯੈਸ ਸਰ ਲਾਈਨਾਂ ਤੇ ਯੈਸ ਸਰ ਠੀਕ ਹੈ ਲਾਈਨਾਂ ਦੇ ਦੋ ਨੇ ਜੇ ਮੀਨਿੰਗ ਵਾਈਜ਼ ਸਮਝੋ ਤੇ ਆਪਾਂ ਨੂੰ ਪੂਰੀ ਉਹਦੀ ਡਿਟੇਲ ਚਾਹੀਦੀ ਸੀ ਜੋ ਦੱਸਦਾ ਪਿਆ ਕੀ ਸਾਰਾ ਸਮਝ ਆਇਆ Yes, sir. ਚਲੋ ਸੋ ਜਦੋਂ ਕੈਪੈਸਿਟਰ ਸੀਰੀਜ਼ ਜੋੜਾਂਗੇ ਉਹ ਤੋਂ ਇੱਕ ਕਨਕਲੂਜਨ ਲੈ ਲਓ ਕੈਪੈਸਿਟੈਂਸ ਰੈਸੀਪ੍ਰੋਕਲ ਐਡ ਹੋਏਗੀ ਤੇ ਜਦੋਂ ਕੈਪੈਸਿਟੈਂਸ ਰੈਸੀਪ੍ਰੋਕਲ ਐਡ ਹੁੰਦੀ ਓਵਰਆਲ ਕੈਪੈਸਿਟੈਂਸ ਦੀ ਵੈਲਿਊ ਇਹਦੇ ਵਿੱਚ ਜਿਹੜਾ ਸਭ ਤੋਂ ਛੋਟਾ ਕੈਪੈਸਿਟਰ ਹੋਏਗਾ ਉਹਦੀ ਵੀ ਕੈਪੈਸਿਟੈਂਸ ਤੋਂ ਘੱਟ ਹੋਏਗੀ ਠੀਕ ਹੈ ਯਾਨੀ ਇਕੁਇਵਲੈਂਟ ਕੈਪੈਸਿਟੈਂਸ ਲੈਸਰ ਦੈਨ ਦਾ ਲੋਅਸਟ ਵੈਲਿਊ ਇਹਨੂੰ ਜਸਟੀਫਾਈ ਕਰ ਦੇਣਾ ਮਤਲਬ ਦੋ ਕੈਪੈਸਿਟਰ ਆ ਇਹਦੀ ਦੀ ਕੈਪੈਸਿਟੈਂਸ 2 ਮਾਈਕਰੋ ਫੈਰਡ ਠੀਕ ਹੈ ਮਾਈਕਰੋ ਦੇਖੋ ਇਕੱਲਾ ਫੈਰਡ ਲਿਖ ਦੋ ਕੋਈ ਫਰਕ ਨਹੀਂ ਨਮੈਰੀਕਲ ਜੋ ਦਿੱਤਾ ਉਹ ਵੀ ਲਵਾਂਗੇ ਦੂਜੇ ਦੀ ਕੈਪੈਸਿਟੈਂਸ ਹੈਗੀ ਮੇਰੇ ਕੋਲ ਜਿਹੜੀ ਕਹਿੰਦਾ ਜੀ ਉਹ ਵੀ ਮੰਨ ਲਓ 2 ਮਾਈਕਰੋ ਫੈਰਡ ਭਾਵੇਂ 3 ਲਿਖ ਦੋ ਕੋਈ ਗਲਤੀ ਨਹੀਂ ਉਹ ਕਹਿੰਦਾ ਜੀ ਦੋਨੋਂ ਸੀਰੀਜ਼ ਚ ਜੋੜੇ ਦੱਸੋ ਟੋਟਲ ਕੈਪੈਸਿਟੈਂਸ ਕਿੰਨੀ ਤੇ ਮੈਨੂੰ ਪਤਾ ਸੀਰੀਜ਼ ਦੇ ਵਿੱਚ ਰੈਸੀਪ੍ਰੋਕਲ ਐਡ ਹੋਣੀ ਹੈ ਇਹਦਾ ਮਤਲਬ 1 CS ਜਿਹੜਾ ਵਾ 1 by 2 plus 1 by 2 ਇਹਨੂੰ ਮੈਂ ਐਡ ਕਰਾਂ ਹਾਫ ਪਲੱਸ ਹਾਫ ਕਰਾਂ ਤੇ 1 ਬਣ ਗਿਆ ਇਹਦਾ ਮਤਲਬ ਜੇ ਰੈਸੀਪ੍ਰੋਕਲ ਕਰਕੇ ਲਿਖਾਂ ਤੇ ਜਿਹੜੀ ਟੋਟਲ ਕੈਪੈਸਿਟੈਂਸ ਆਈ ਆ ਉਹ 1 ਮਾਈਕਰੋ ਫੈਰਡ ਆ ਜੀ ਯੈਸ ਸਰ ਯੈਸ ਸਰ ਰਿਜ਼ਲਟੈਂਟ ਕੈਪੈਸਿਟੈਂਸ ਆਏਗੀ ਉਹ ਜਿਹੜੀ ਸਭ ਤੋਂ ਸਮਾਲੈਸਟ ਕੈਪੈਸਿਟੈਂਸ ਹੋਏਗੀ ਉਹਦੇ ਤੋਂ ਵੀ ਘੱਟ ਆਏ ਇਹਨਾਂ ਜੇ ਸਰਕਟ ਦੀ ਓਵਰਆਲ ਕੈਪੈਸਿਟੀ ਘਟਾਣੀ ਆ ਤੇ ਕੈਪੈਸਿਟਰ ਹਮੇਸ਼ਾ ਜਿਹੜੇ ਨੇ ਉਹ ਸਾਰੇ ਦੇ ਸਾਰੇ ਸੀਰੀਜ਼ ਚ ਜੋੜ ਦਿਓ ਤੁਹਾਡੀ ਟੋਟਲ ਕੈਪੈਸਿਟੈਂਸ ਇੰਡੀਵਿਜੂਅਲ ਕੈਪੈਸਿਟਰ ਦੀ ਕੈਪੈਸਿਟੈਂਸ ਤੋਂ ਘੱਟ ਜਾਏਗੀ ਜੇ ਸਮੇਂ ਲੱਗਿਆ ਤਾਂ ਬੋਲੋ ਜੀ ਯੈਸ ਸਰ ਕੈਪੈਸਿਟਰ ਦਾ ਪੈਰਲਲ ਕੰਬੀਨੇਸ਼ਨ ਪੈਰਲਲ ਕੰਬੀਨੇਸ਼ਨ ਆਫ ਕੈਪੈਸਿਟਰ ਉਹ ਜੇ ਆ ਜਾਏਗਾ ਬੇਟਾ ਕਿ ਜੇ ਮੰਨ ਲਓ ਮੇਰੇ ਕੋਲ ਨੰਬਰ ਆਫ ਕੈਪੈਸਿਟਰ ਦਿੱਤੇ ਆ ਸੇਵ ਹੋਈ ਸੇਮ ਚੀਜ਼ ਤੇ ਦੁਆਰਾ 20 ਵੋਲਟ ਦੀ ਬੈਟਰੀ ਆ ਕੈਪੈਸਿਟੈਂਸ ਇਹਨਾਂ ਦੀ C1 C2 ਤੇ C3 ਹੁਣ ਇੱਥੋਂ ਬੈਟਰੀ ਤੋਂ ਤੁਸੀਂ ਕਿਉ ਕੂਲਮ ਚਾਰਜ ਭੇਜਿਆ ਤੇ ਜਦੋਂ ਚਾਰਜ ਇਸ A ਪੁਆਇੰਟ ਤੇ ਆਇਆ ਹੁਣ ਦੇਖੋ ਜਿਹੜਾ ਬੈਟਰੀ ਨੇ ਚਾਰਜ ਭੇਜਣਾ ਉਹ ਜਦੋਂ A ਪੁਆਇੰਟ ਤੇ ਪਹੁੰਚਣਾ ਚਾਰਜ ਨੂੰ ਫਲੋ ਕਰਨ ਦੇ ਤਿੰਨ ਵੱਖਰੇ ਵੱਖਰੇ ਰਸਤੇ ਮਿਲਦੇ ਠੀਕ ਹੈ ਹੁਣ ਇਸ ਮੂਮੈਂਟ ਤੇ ਪਿਛਲੀ ਵਾਰੀ ਤਾਂ ਕੰਪਲਸ਼ਨ ਸੀਗੀ ਚਾਰਜ ਕੋ ਰਸਤਾ ਹੀ ਇੱਕੋ ਸੀਗਾ ਇਸ ਲਈ ਉਸ ਰਸਤੇ ਤੇ ਆਉਣ ਵਾਲੇ ਹਰ ਕੈਪੈਸਿਟਰ ਜੋ ਨਿਕਲਣਾ ਪਿਆ ਬਰਾਬਰ ਦਾ ਫਿਰ ਬੈਟਰੀ ਦੇ ਨੈਗੇਟਿਵ ਤੱਕ ਪੂਰਾ ਚਾਰਜ ਪਹੁੰਚਿਆ ਹੁਣ ਇਸ ਵੇਲੇ ਕੀ ਹੋਇਆ ਜੇ ਇੱਕ ਚੀਜ਼ ਧਿਆਨ ਦਿਓ ਸਾਰੇ ਕੈਪੈਸਿਟਰ ਜਿਹੜੇ ਤਿੰਨ ਦੇ ਤਿੰਨ ਵਾ ਇਸ ਪੁਆਇੰਟ ਤੇ ਆ ਕੇ ਉਹਨਾਂ ਚਾਰजेस ਨੂੰ ਫਲੋ ਕਰਨ ਲਈ ਵੱਖਰੇ ਵੱਖਰੇ ਰਸਤੇ ਮਿਲੇ ਇਹਦਾ ਮਤਲਬ ਹੋ ਗਿਆ ਸਾਰੇ ਕੈਪੈਸਿਟਰ ਦੇ ਵਿੱਚੋਂ ਚਾਰਜ ਜਿਹੜਾ ਸੇਮ ਨਹੀਂ ਨਿਕਲੂ ਪਿਛਲੀ ਵਾਰੀ ਕੀ ਪ੍ਰੋਬਲਮ ਸੀ ਹਰ ਕੈਪੈਸਿਟਰ ਦੀ ਕੈਪੈਸਿਟੀ ਵੱਖਰੀ ਸੀ ਚਾਰਜ ਨੂੰ ਸਟੋਰ ਕਰਨ ਦੀ ਪਰ ਮਜਬੂਰੀ ਚ ਉਹਨਾਂ ਸਾਰਿਆਂ ਨੂੰ ਸੇਮ ਚਾਰਜ ਸਟੋਰ ਕਰਨਾ ਪਿਆ ਹਨਾ ਕਿਉਂਕਿ ਚਾਰਜ ਦੇ ਨਿਕਲਣ ਦਾ ਰਸਤਾ ਇੱਕੋ ਸੀਗਾ ਇਸ ਲਈ ਹਰ ਘਰ ਚੋਂ ਨਿਕਲਣ ਲੱਗੇ ਉਹਨਾਂ ਚਾਰजेस ਨੂੰ ਠੀਕ ਹੈ ਜੀ ਐਸਾ ਚ ਕਹਿੰਦਾ ਜੀ ਸਾਰੇ ਕੈਪੈਸਿਟਰ ਦੀ ਕੈਪੈਸਿਟੀ ਦੇ ਹਿਸਾਬ ਨਾਲ ਵਰਕ ਕਰਨਾ ਪਿਆ ਪਰ ਹੁਣ ਇੱਕ ਫਰਕ ਆ ਹੁਣ ਇੱਥੇ ਚਾਰਜ ਨੂੰ ਆਪਸ਼ਨ ਦੇ ਦਿੱਤੀ ਗਈ ਤੂੰ ਵੀ ਜਿੰਨਾ ਜਿੱਦੋਂ ਨਿਕਲਣਾ ਨਿਕਲ ਜਾ ਕੈਪੈਸਿਟਰ ਨੂੰ ਇਹ ਆਪਸ਼ਨ ਆ ਗਈ ਕਿ ਵੀ ਤੁਸੀਂ ਆਪਣੀ ਕੈਪੈਸਿਟੀ ਦੇ ਹਿਸਾਬ ਨਾਲ ਚਾਰਜ ਲੈ ਲਓ ਤੇ ਜਦੋਂ ਕੈਪੈਸਿਟਰ ਆਪਣੀ ਕੈਪੈਸਿਟੀ ਦੇ ਹਿਸਾਬ ਨਾਲ ਚਾਰਜ ਲਊਗੇ ਤੇ ਹੋਣਾ ਇਹ ਆ ਕਿ ਜਿਹੜਾ ਸਾਰੇ ਕੈਪੈਸਿਟਰ ਦੇ ਕ੍ਰੋਸ ਜਿਹੜਾ ਚਾਰਜ ਆ ਉਹ ਡਿਫਰੈਂਟ ਡਿਫਰੈਂਟ ਅਮਾਉਂਟ ਦਾ ਆ ਜਦੋਂ ਹੁਣ ਕੈਪੈਸਿਟਰ ਦੀ ਮਰਜ਼ੀ ਹੋ ਗਈ ਕਿ ਉਹਨੇ ਕਿੰਨਾ ਚਾਰਜ ਸਟੋਰ ਕਰਨਾ ਤੇ ਉਹ ਆਪਣੀ ਕੈਪੈਸਿਟੀ ਦੇ ਹਿਸਾਬ ਨਾਲ ਲਊਗਾ ਨਾ ਬੇਟਾ ਯੈਸ ਸਰ ਯੈਸ ਸਰ
ओए थक गए? नहीं नहीं सर। फिर चुस्त रहा करो। सो इहदा मतलब इहना सारे कैपेसिटर दे विच हुण चार्ज जिहड़ा वा ओह इहना दी कैपेसिटी दे हिसाब नाल गया, जिहदे करके इहना सारिआं दे विच पोटेंशियल यानी जिहड़ा वर्क वा ओह सारिआं नूं सेव करना पिआ। पिछली वारी की सी जिहदी कैपेसिटी थोड़ी सी ओहनूं ज्यादा चार्ज रखण वास्ते बाकिआं दे बराबर दा ठीक है वर्क ज्यादा करना पिआ सी, पोटेंशियल वखरा वखरा आया सी। पर हुण इस वेले इहना सारे कैपेसिटर जिहड़े कि पैरेलल च हुंदे ने, पैरेलल वाले कैपेसिटर दे विच जिहड़ा पोटेंशियल होएगा सिर्फ अप्रोच सी बैटरी सीधे जुड़े सी, बाकी इनडायरेक्ट मैथड ना जुड़े सके। हुण जे मैं देखा ना हर कैपेसिटर की सीधी सीधी अप्रोच आ बैटरी तक हैगी है, पहले कैपेसिटर की आ वाली आर्म इस पॉइंट तो गल समझो तो बहुत ध्यान समझने वाली है। जिन्ना बैटरी दे पॉजिटिव टर्मिनल दा इत्थे पोटेंशियल होएगा इस वायर च असीं मानदे कोई लॉस नहीं होया, इहदा मतलब जिन्ना पोटेंशियल बैटरी दे पॉजिटिव टर्मिनल दा इत्थे होएगा एग्जैक्टली उन्ना ही पोटेंशियल बैटरी दे पॉजिटिव टर्मिनल दा इत्थे होएगा, ते जिन्ना पोटेंशियल आ नेगेटिव टर्मिनल दा इस पोजीशन ते होएगा उन्ना ही नेगेटिव पोटेंशियल आ ते होएगा। इन्नी गल समझ लगी? यस सर। पहली प्लेट जिहड़ी इस तार दे थ्रू डायरेक्टली आ पॉजिटिव पोटेंशियल दे उत्ते आई हुई है, इधरों इहदी प्लेट दे विच डायरेक्ट आ पॉजिटिव पोटेंशियल आ, इहदी आ प्लेट दे विच डायरेक्ट पॉजिटिव पोटेंशियल आ। ਇਹਦਾ ਮਤਲਬ ਤਿੰਨਾਂ ਕਪੈਸਿਟਰ ਦੀ ਆ ਫਸਟ ਪਲੇਟ ਜਿਹੜੀ ਆ ਇਹ ਓਨੇ ਹੀ ਪੋਜ਼ਿਟਿਵ ਪੋਟੈਂਸ਼ੀਅਲ ਤੇ ਆ ਹਰ ਪਲੇਟ ਜਿੰਨਾ ਪੋਟੈਂਸ਼ੀਅਲ ਆ ਪੁਆਇੰਟ ਤੇ ਹੋਊਗਾ। ਯੈਸ ਸਰ। ਯੈਸ ਸਰ। ਯੈਸ ਸਰ ਸਿੰਪਲ ਕਹਿੰਦੇ ਨਹੀਂ ਬਹੁਤ ਔਖੀ ਹੋਏਗੀ, ਪਰ ਇਹ ਚੀਜ਼ ਨੂੰ ਲੌਜੀਕਲੀ ਦਿਮਾਗ 'ਚ ਰੱਖਿਓ, ਨਿਊਮੈਰੀਕਲ ਵੇਲੇ ਬਹੁਤ ਲੋੜ ਆ ਠੀਕ ਹੈ। ਜਦੋਂ ਕਪੈਸਿਟਰ ਪੈਰਲਲ 'ਚ ਜੁੜਦੇ ਅਸੀਂ ਇੱਕ ਵਰਡ ਲੈ ਕੇ ਚੱਲਾਂਗੇ, ਜਿਹੜੇ ਪੈਰਲਲ 'ਚ ਜੁੜੇ ਆ ਇਹਦਾ ਮਤਲਬ ਆ ਇਹਨਾਂ ਕਪੈਸਿਟਰ ਦੇ ਵਿੱਚ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਸੇਮ ਹੋਣਾ ਵਾ ਇਸ ਵੇਲੇ ਜਿੰਨਾ ਬੈਟਰੀ ਦੇ ਆ ਦੋ ਟਰਮੀਨਲ ਦੇ ਵਿੱਚ, ਇਸ ਕਰਕੇ ਇਹਨਾਂ ਦੇ ਵਿੱਚ V ਸੇਮ ਆ ਤੇ ਚਾਰਜ ਡਿਵਾਈਡ ਹੋ ਗਿਆ। ਹੁਣ ਇਸ ਕਪੈਸਿਟਰ ਦੇ ਵਿੱਚੋਂ ਠੀਕ ਹੈ ਜੀ ਜਦੋਂ ਚਾਰਜ ਫਲੋ ਕੀਤਾ ਇਹਦੀ ਪਲੇਟ ਦੇ ਵਿੱਚ ਮੇਰੇ ਕੋਲ ਜਿਹੜਾ SS Q1 ਚਾਰਜ ਸਟੋਰ ਹੋਇਆ, ਦੂਜੇ ਕਪੈਸਿਟਰ ਦੇ ਵਿੱਚ ਮੇਰੇ ਕੋਲ Q2 ਚਾਰਜ ਸਟੋਰ ਹੋਇਆ ਠੀਕ ਹੈ, ਤੀਜੇ ਕਪੈਸਿਟਰ ਦੇ ਵਿੱਚ ਮੰਨ ਲਓ ਮੇਰੇ ਕੋਲ ਜਿਹੜਾ Q3 ਚਾਰਜ ਸਟੋਰ ਹੋਇਆ। ਹੁਣ ਇੱਥੋਂ ਦੀ Q1 ਫਲੋ ਕੀਤਾ ਪੋਜ਼ਿਟਿਵ, ਇੱਥੋਂ ਦੀ Q2 ਫਲੋ ਕੀਤਾ ਪੋਜ਼ਿਟਿਵ, ਇੱਥੋਂ ਦੀ Q3 ਕੀਤਾ ਤੇ ਆ ਪੁਆਇੰਟ ਦੇ ਉੱਤੇ ਆ ਕੇ ਵਾਪਸ ਮੇਰਾ Q ਕੋਲੋਂ ਵੀ ਬਾਹਰ ਨਿਕਲੇ। ਯੈਸ ਸਰ। ਸਰ ਦੁਬਾਰਾ ਦੱਸੋ। ਇੱਥੋਂ 10 ਕੂਲਮ ਚੱਲਿਆ ਸੀ, 10 ਦੇ ਵਿੱਚੋਂ 2 ਕੂਲਮ ਇੱਧਰ ਗਿਆ, 4 ਕੂਲਮ ਇੱਧਰ ਗਿਆ, 6 ਕੂਲਮ ਹੋ ਗਿਆ ਤੇ ਬਾਕੀ ਦਾ 4 ਇੱਧਰੋਂ ਫਲੋ ਕੀਤਾ ਤੇ ਮੁੜ ਕੇ ਇਧਰੋਂ ਉਹੀ 4 ਕੂਲਮ ਬੈਟਰੀ ਦੇ ਪੋਜ਼ਿਟਿਵ ਤੋਂ ਇਥੋਂ ਫਲੋ ਕਰਕੇ ਕੈਪੈਸਿਟਰ ਦੀ ਪਲੇਟ ਤੋਂ ਆ ਗਿਆ ਇਹਦੀ ਇਥੋਂ ਇਹਦੀ ਤੇ ਵਾਪਸ ਬੈਟਰੀ ਦੇ ਐਸਐਚ ਨੈਗੇਟਿਵ ਨੂੰ Q ਕੂਲਮ ਮੁੜ ਗਿਆ। ਯੈਸ ਸਰ। ਹੁਣ ਜਿਹੜੀ ਚੀਜ਼ ਡਿਵਾਈਡ ਹੋਈ ਆ ਉਹਦੇ ਅਕੋਰਡਿੰਗਲੀ ਚੱਲੀਏ ਤੇ ਆਪਣਾ ਚਾਰਜ ਆ, ਸੋ Q=Q1+Q2+Q3 ਤੇ Q ਦੀ ਇਕੁਏਸ਼ਨ ਜਨਰਲ ਦੇ ਦਿਓ, ਬਟ Q=CV ਤੇ ਦੇਰਫੋਰ ਆਪਣੇ ਕੋਲ ਕੰਡੀਸ਼ਨ ਆ ਗਈ ਜੇ ਤਿੰਨਾਂ ਕਪੈਸਿਟਰ ਨੂੰ ਲਾ ਕੇ ਇੱਕੋ ਹੀ ਲਾਣਾ ਹੁੰਦਾ ਤੇ ਜਿਹੜਾ ਇੱਕ ਕਪੈਸਿਟਰ ਹੋਏਗਾ ਇਹਦੀ ਕਪੈਸਿਟੈਂਸ ਨੂੰ CP ਲਿਖ ਦਿਓ, ਕਪੈਸਿਟੈਂਸ ਇਨ ਪੈਰਲਲ, ਕੱਲਾ C ਲਿਖ ਦਿਓ ਕੋਈ ਗਲਤੀ ਨਹੀਂ, ਔਰ ਇਹਨੂੰ ਵੀ ਤੁਸੀਂ 20 ਵੋਲਟ ਦੀ ਬੈਟਰੀ ਨਾਲ ਜੋੜਿਆ ਸੀ, ਇਹਨੂੰ ਵੀ 20 ਵੋਲਟ ਦੀ ਬੈਟਰੀ ਨਾਲ ਜੋੜਿਆ ਸੀ, ਇਹ ਚ ਵੀ ਕਿਉਂ ਕੂਲਮ ਚਾਰਜ ਭੇਜਿਆ ਸੀ ਠੀਕ ਹੈ, ਤੇ ਇਸ ਪੂਰੇ ਪ੍ਰੋਸੈਸ ਦੇ ਅੰਦਰ ਇਹਦੀ ਕਪੈਸਿਟੈਂਸ ਜਿਹੜੀ ਆਏਗੀ ਉਹ ਤਿੰਨਾਂ ਦੀ ਕਪੈਸਿਟੈਂਸ ਦੀ ਡਾਇਰੈਕਟ ਐਡੀਸ਼ਨ ਤੋਂ ਆ ਜਾਊ। ਉਹਨੂੰ ਆਪਾਂ ਇੱਥੇ ਪ੍ਰੂਵ ਕਰ ਦਿੰਦੇ ਹਾਂ, ਇਹਦੇ ਲਈ CP ਵੀ ਆ ਗਿਆ, ਇਹਦੇ ਲਈ C1B C2B C3B ਕਿਉਂਕਿ B ਸਾਰਿਆਂ 'ਚ ਸੇਮ ਆ, ਇਸ ਲਈ B ਕੈਂਸਲ ਕਰਕੇ ਟੋਟਲ ਕਪੈਸਿਟੀ C1+C2+C3 ਆ ਜਾਏਗੀ। ਕੀ ਇਹਨੀ ਗੱਲ ਸਮਝ ਆਈ ਜੀ? ਯੈਸ ਸਰ। ਯੈਸ ਸਰ। ਯੈਸ ਸਰ। ਕਲੀਅਰ ਆ? ਯੈਸ ਸਰ।
yes sir ede hi is combination hor samjhan vaste ek numerical di statement likha reha likho copy pen leke baith de ho ke nahi yes sir yes sir likho calculate equivalent capacitance calculate equivalent capacitance and charge flow across each capacitor in the following network नेटवर्क जरा दे रहे हैं उधर जो अपने को आ जाएगा सर क्वेश्चन रिपीट करें बारह वोल्ट की बैटरी है ठीक है जी C1 2 माइक्रोफेरड आज इधर लिख रहे हैं ना चलो C1 C2 C3 4 capacitor, 2 microfarad बन गया सर्किट